ਜਸ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ। ਪੰਜਾਬ ਦੇ ਜਿਹੜੇ ਹੋਟ ਹਲਕੇ ਹੈਗੇ ਆ ਲੋਕ ਸਭਾ ਦੇ, ਉਹਨਾਂ ਵਿੱਚ ਇੱਕ ਗੁਰਦਾਸਪੁਰ ਵੀ ਹੈਗਾ, ਸਰਹੱਦੀ ਖੇਤਰ ਹੈ ਗੁਰਦਾਸਪੁਰ। ਤੇ ਇੱਥੋਂ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਮੌਜੂਦਾ ਮੈਂਬਰ ਪਾਰਲੀਮੈਂਟ, ਉਹ ਇੱਥੋਂ ਚੋਣ ਮੈਦਾਨ ਵਿੱਚ ਨੇ ਤੇ ਰਾਤ ਦਾ ਵੇਲਾ ਹੈਗਾ ਤੇ ਸੁਨੀਲ ਜਾਖੜ ਸਾਹਿਬ ਸਾਡੇ ਨਾਲ ਇਸ ਵਕਤ ਮੌਜੂਦ ਹੈਗੇ। ਜਾਖੜ ਸਾਹਿਬ, ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਕੇਪੀ ਜੀ, ਤੁਹਾਡਾ ਸਵਾਗਤ ਹੈ ਇਸ ਦੂਰ ਦਰਾੜ ਇਲਾਕੇ ਦੇ ਬਾਰਡਰ ਤੇ। ਅਸੀਂ ਬੈਠੇ ਹਾਂ, ਇੰਨੀ ਦੂਰ ਚੱਲ ਕੇ ਆਏ, ਬਹੁਤ ਬਹੁਤ ਤੁਹਾਡਾ ਧੰਨਵਾਦ। ਚਲੋ ਜਾਖੜ ਸਾਹਿਬ, ਕਿਵੇਂ ਚੱਲ ਰਹੀ ਹੈ ਕੰਪੇਨ ਤੁਹਾਡੀ? ਵੈਸੇ ਹਰ ਕੈਂਡੀਡੇਟ ਕਹਿੰਦਾ ਬਹੁਤ ਸੋਹਣੀ ਚੱਲਦੀ ਪਈ ਹੈ ਕੰਪੇਨ। ਤਾਂ ਲੋਕਾਂ ਦੇ ਨਿਰਭਰ ਕਰਦਾ, ਜੇ ਜਾ ਕੇ ਲੋਕਾਂ ਤੋਂ ਰਿਸਪੌਂਸ ਮਿਲਦਾ ਉਹਦੇ ਨਾਲ ਹੀ ਗੇਜ ਹੈ। ਬਾਕੀ ਤਾਂ ਜਿਸ ਦਿਨ ਵੋਟਾਂ ਗਿਣੀਆਂ ਜਾਣਗੀਆਂ ਉਦੋਂ ਹੀ ਪਤਾ ਲੱਗੂਗਾ, ਪਰ ਲੋਕਾਂ ਨੇ ਬੜਾ ਭਰਵਾਂ ਹੁੰਗਾਰਾ ਜਿਹੜਾ ਮਿਲ ਰਿਹਾ। ਤੇ ਕਿਹੜੇ ਇਸ਼ੂਸ ਹੈ ਜਾਖੜ ਸਾਹਿਬ ਜਿਨ੍ਹਾਂ ਤੇ ਤੁਸੀਂ ਕੰਮ ਕਰਨਾ ਚਾਹ ਰਹੇ ਹੋ ਤੇ ਜਿਨ੍ਹਾਂ ਤੇ ਤੁਸੀਂ ਕੰਮ ਕੀਤਾ ਹੈਗਾ? ਇਸ਼ੂਸ ਤਾਂ ਦੇਖੋ ਸਮੱਸਿਆਵਾਂ ਬਹੁਤ ਹੈ। ਪਿਛੜਾ ਇਲਾਕਾ ਹੈ, ਬਹੁਤ ਨਿਗਲੈਕਟ ਕੀਤਾ ਗਿਆ, ਨਹੀਂ ਜਿਹੜੇ ਕੰਮ ਹੋਣੇ ਚਾਹੀਦੇ ਸੀ ਨਹੀਂ ਹੋਏ। ਮੁਕਦੀ ਜੀ ਗੱਲ ਮੈਂ ਕਰਾਂ, 100 ਗਜ ਲੰਮੀ ਰੱਸੀ ਸਿਰੇ ਦੇ ਗੰਢ, ਜਿਹੜੀ ਹੁਣ ਤਾਂ ਜਿਹੜਾ ਕੰਮ ਮੇਨ ਫੋਕਸ ਜੇ ਅਚੀਵਮੈਂਟ ਬਹੁਤ ਸਾਰੀਆਂ ਮੈਂ ਗਿਣਾਉਣ ਲੱਗਾ ਤਾਂ ਦੇਖੋ, 2-2 ਮੈਡੀਕਲ ਕਾਲਜ ਅਪਰੂਵ ਕਰਾਏ ਇਸ 1.5 ਸਾਲ ਦੇ ਦੌਰਾਨ। ਮੈਨੂੰ 1.5 ਸਾਲ ਦਾ ਮੌਕਾ ਮਿਲਿਆ, ਟੂ ਬੀ ਐਗਜੈਕਟ 1 ਸਾਲ 4 ਮਹੀਨੇ, 15 ਅਕਤੂਬਰ ਨੂੰ ਮੈਨੂੰ ਨਤੀਜੇ ਆਏ ਹੈ ਅਤੇ 10 ਮਾਰਚ ਨੂੰ ਕੋਡ ਆਫ ਕੰਡਕਟ ਲੱਗ ਗਿਆ। 1 ਸਾਲ 4 ਮਹੀਨੇ ਦੇ ਅੰਦਰ 2 ਮੈਡੀਕਲ ਕਾਲਜਿਸ, ਉਹਨਾਂ ਦੀ ਅਪਰੂਵਲ ਇੱਥੇ ਵਾਸਤੇ, 1 ਗੁਰਦਾਸਪੁਰ 1 ਪਠਾਨਕੋਟ, ਦੋਨੋਂ ਸਾਡੀ ਸ਼ੂਗਰ ਮਿਲਸ ਜਿਹੜੀਆਂ ਬਟਾਲੇ ਦੀ ਅਤੇ ਗੁਰਦਾਸਪੁਰ ਦੀ ਸ਼ੂਗਰ ਮਿਲ, ਇਹਨਾਂ ਦੀ ਅਨਾਊਂਸਮੈਂਟ ਅਪਰੂਵਲ ਹੋ ਕੇ, ਪ੍ਰੋਜੈਕਟ ਕਲੀਅਰ ਹੋ ਕੇ ਉਹਨਾਂ 'ਤੇ ਹੁਣ ਕੰਮ ਚਾਲੂ ਕਰਨ ਲੱਗਿਆਂ। ਅਨਾਊਂਸਮੈਂਟ 10,000 ਟਨ ਦੀ ਕਰਨ ਲੱਗਿਆਂ, ਜਿੱਥੇ ਆਪਾਂ ਹੁਣ ਖੜ ਕੇ ਗੱਡੀ 'ਚ ਬੈਠੇ ਹਾਂ, ਪਨਿਆੜ ਵਾਲੀ ਆ ਮਿਲ, ਇਹਦੇ 10,000 ਟਨ ਦੀ, ਬਟਾਲੇ ਵਾਲੀ 7,000 ਟਨ ਦੀ। 3 ਡਿਗਰੀ ਕਾਲਜਿਸ, ਗੌਰਮੈਂਟ ਡਿਗਰੀ ਕਾਲਜ, ਜਿਨ੍ਹਾਂ 'ਚੋਂ 1 ਸਿਰਫ ਗਰਲਜ਼ ਸੁਜਾਨਪੁਰ ਵਾਸਤੇ, 1 ਡਿਗਰੀ ਕਾਲਜ ਦੀਨਾਨਗਰ ਦੇ ਅੰਦਰ ਆਲਰੇਡੀ ਅੰਡਰ ਕੰਸਟਰਕਸ਼ਨ ਹੈ, 1 ਡਿਗਰੀ ਕਾਲਜ ਡੇਰਾ ਬਾਬਾ ਨਾਨਕ ਦੇ ਅੰਦਰ, 1 ਇੰਜੀਨੀਅਰਿੰਗ ਕਾਲਜ ਡੇਰਾ ਬਾਬਾ ਨਾਨਕ ਦੇ ਅੰਦਰ ਜਿਹੜਾ ਕਲਾਨੌਰ ਦੇ ਅੰਦਰ, 1,000 ਕਰੋੜ ਦੇ ਨਾਲ ਬਣ ਦਾ ਕੰਮ ਚਾਲੂ ਕੀਤਾ। ਸ਼ਾਹਪੁਰ ਕੰਡੀ ਬਰਾਜ ਜਿਹੜਾ ਡੈਮ ਦਾ ਕੰਮ ਸੀਗਾ, ਪਿਛਲੇ ਬਹੁਤ ਸਾਰੇ ਸਾਲਾਂ ਤੋਂ ਬੰਦ ਪਿਆ ਸੀਗਾ, 2300 ਕਰੋੜ ਰੁਪਈਏ ਨਾਲ ਉਹਦਾ ਕੰਮ ਵਾਪਸ ਚਾਲੂ, ਉਹਦਾ ਕਰਵਾਤਾ, ਉਹਦੇ 'ਤੇ ਕੰਮ ਚਾਲੂ ਹੈ। ਉਹਦੇ ਨਾਲ ਨਾ ਸਿਰਫ ਸਾਡਾ ਪਾਣੀ ਬਚੂਗਾ, ਬਲਕਿ ਬਿਜਲੀ ਜਿਹੜੀ ਸਭ ਤੋਂ ਸਸਤੀ ਹੈ, ਆਈਡਲ ਪਾਵਰ, ਉਹਦੇ 'ਤੇ ਕੰਮ ਚਾਲੂ ਹੋ ਰਿਹਾ। ਸ਼ਾਹਪੁਰ ਕੰਡੀ ਪ੍ਰੋਜੈਕਟ ਤੁਹਾਡੀ ਵਜ੍ਹਾ ਕਰਕੇ ਗਡਕਰੀ ਸਾਹਿਬ ਕੋਲ ਗਏ ਤੇ ਉੱਥੇ 2 ਗੱਲਾਂ ਕੀਤੀਆਂ, ਇੱਕ ਤਾਂ ਸਾਡਾ ਪ੍ਰੋਜੈਕਟ ਚਾਲੂ ਕਰਵਾ ਕੇ ਦਿਓ, ਦੂਜਾ ਇਹਦੇ ਵਿੱਚ ਜਿਹੜੀ ਸਾਡੀ ਮੁਕਤੇਸ਼ਵਰ ਧਾਮ ਦੀ ਇੱਕ ਪਾਵਨਤਾ ਹੈ, ਜਿੱਥੇ ਉਹ ਜਿਹੜਾ ਉਹ ਗੁਫਾਵਾਂ ਹੈ ਉਹ ਪਾਣੀ ਨਾਲ ਉਹਦੇ 'ਚ ਜਲਮਗਨ ਹੋ ਜਾਣੀਆਂ ਸੀਗੀਆਂ, ਉਹਦੇ ਵਾਸਤੇ ਗੱਲ ਕੀਤੀ। ਅਸੀਂ ਗਡਕਰੀ ਸਾਹਿਬ ਕੋਲ ਆ ਵੀ ਗਏ ਸੀ, ਕਿਉਂਕਿ ਆਹ ਜਿਹੜਾ ਪ੍ਰੋਜੈਕਟ ਸੀ, ਡਾਕਟਰ ਮਨਮੋਹਨ ਸਿੰਘ ਨੇ ਨੈਸ਼ਨਲ ਪ੍ਰੋਜੈਕਟ ਡਿਕਲੇਅਰ ਕੀਤਾ ਸੀਗਾ। ਨੈਸ਼ਨਲ ਪ੍ਰੋਜੈਕਟ ਦਾ ਮਤਲਬ ਸੀ ਵੀ 80% ਪੈਸਾ ਸੈਂਟਰਲ ਗੌਰਮੈਂਟ ਦਾ ਲੱਗਣਾ ਸੀ, 20% ਪੈਸਾ ਜਿਹੜੀ ਸਾਡਾ ਸਾਡੇ 'ਚ ਅਤੇ ਜੰਮੂ ਕਸ਼ਮੀਰ ਦੇ ਵਿੱਚ ਸ਼ੇਅਰ ਹੋਣਾ ਸੀਗਾ। ਮੋਦੀ ਸਾਹਿਬ ਜਿੱਦਣ ਦੇ ਆਏ, ਇਹਨਾਂ ਨੇ ਪਲਟਤਾ ਵੀ 20% ਸੈਂਟਰਲ ਗੌਰਮੈਂਟ ਪਾਊਗੀ, 80% ਜਿਹੜਾ ਹੈ ਪੰਜਾਬ ਸਰਕਾਰ ਪਾਊਗੀ, ਜਾਂ ਜੰਮੂ ਕਸ਼ਮੀਰ ਦਾ ਜਿਹੜਾ ਹਿੱਸਾ ਬਣਦਾ। ਉਹ ਤਾਂ ਉਹੀ ਗੱਲ ਹੋਊਗੀ, ਨਾ ਨੌਮਨ ਤੇਲ ਹੋਗਾ, ਨਾ ਰਾਧਾ ਨਾਚੇਗੀ, ਇਸ ਕਰਕੇ ਬਾਦਲ ਸਾਹਿਬ ਹੋਰਾਂ ਨੇ ਪਾਸੇ ਟੰਕੇ ਛੱਡਦਾ ਬੰਦ ਹੋ ਗਿਆ। ਜੰਮੂ ਕਸ਼ਮੀਰ ਦੀ ਨੈਗੇਟਿਵ ਅਪਰੋਚ ਸੀ, ਕੈਪਟਨ ਸਾਹਿਬ ਨੇ ਬੈਠ ਕੇ ਇਹਨਾਂ ਨਾਲ ਗੱਲ ਕਰਕੇ, ਜਦੋਂ ਗੱਲ ਕੀਤੀ ਜੰਮੂ ਕਸ਼ਮੀਰ ਨਾਲ ਕਰਕੇ ਮਸਲਾ ਰਿਜ਼ੋਲਵ ਕਰਾਇਆ। ਗਡਕਰੀ ਸਾਹਿਬ ਕੋਲ ਮੈਂ ਵੀ ਗਿਆ, ਕੈਪਟਨ ਸਾਹਿਬ ਦੇ ਨਾਲ ਜਾ ਕੇ ਉਹਨਾਂ ਦੀ ਪਿੱਠ ਸੁਣਦੀ ਹੈ, ਹੀ ਵਾਜ਼ ਵੈਰੀ ਪੋਜ਼ਿਟਿਵ, ਉਹਨਾਂ ਨੇ ਸਪੋਰਟ ਕੀਤਾ, ਪੂਰਾ ਸਪੋਰਟ ਕੀਤਾ। ਉਹਨਾਂ ਨੇ ਕਿਹਾ, ਦੇਖੋ ਮੈਂ ਆਹ ਜਿਹੜੀ ਰੇਸ਼ੋ ਆ ਚੇਂਜ ਨਹੀਂ ਕਰ ਸਕਦਾ, ਆਹ ਮੋਦੀ ਸਾਹਿਬ ਦੇ ਬਸ 'ਚ ਹੈ, ਅਤੇ ਉਹਨਾਂ ਨੇ ਸੁਜੈਸਟ ਕੀਤਾ ਵੀ ਇਸ ਚੱਕਰ 'ਚ ਨਾ ਪਿਓ, ਮੋਦੀ ਸਾਹਿਬ ਨੇ ਕਰਨਾ ਨਹੀਂ, ਇਹਦੇ ਇੰਤਜ਼ਾਰ 'ਚ ਪਏ ਰਹੋਗੇ, ਜੇ ਥੋੜ੍ਹੇ ਪੈਸੇ ਦਾ ਪ੍ਰਬੰਧ ਕਰ ਸਕਦੇ ਹੋ ਸਵੇਰੇ ਕੰਮ ਚਾਲੂ ਕਰਵਾ ਦਾਂ, ਪੈਸੇ ਦਾ ਪ੍ਰਬੰਧ ਕਰ ਲਓ ਅਤੇ ਮੈਂ ਚਲਵਾ ਦੂੰਗਾ। ਕੈਪਟਨ ਸਾਹਿਬ ਦੇ ਨਾਲ ਨਾਲ ਹਾ ਕਰਕੇ 200 ਕਰੋੜ ਰੁਪਏ ਰਿਲੀਜ਼ ਵੀ ਕਰਤੇ ਵੀ ਕੰਮ ਚਾਲੂ ਕਰਾਓ। ਜਾਖੜ ਸਾਹਿਬ ਨੂੰ ਗਡਕਰੀ ਸਾਹਿਬ ਪਸੰਦ ਆਉਂਦਾ ਮਤਲਬ? ਕੰਮ ਪਸੰਦ ਹੈ ਸਾਹਿਬ, ਮੈਂ ਲੋਕਾਂ ਨੂੰ ਵੀ ਆਹੀ ਕਹਿ ਰਿਹਾ, ਕੰਮ ਨੂੰ ਵੋਟ ਪਾਓ ਸਾਹਿਬ। ਜਿਹੜੇ ਗਡਕਰੀ ਸਾਹਿਬ ਨੇ ਪੋਜ਼ਿਟਿਵ ਐਟੀਚਿਊਡ ਸੀਗਾ, ਮੈਂ ਕਹਿੰਦਾ ਪਿਊਸ਼ ਗੋਇਲ ਜੀ ਦਾ ਬੜਾ ਪੋਜ਼ਿਟਿਵ ਐਟੀਚਿਊਡ ਸੀਗਾ, ਨਾਮ ਥੋੜਾ ਜਿਹਾ ਪ੍ਰਧਾਨ ਮੰਤਰੀ ਇਸ ਵਿੱਚ ਵੀ ਚੱਲਿਆ ਸੀਗਾ। ਦੇਖੋ ਫਿਰ ਮੁਝੇ ਨਾ ਨਾ ਬਹੁਤ ਬੜਾ, ਮੈਂ ਸਮਝਦਾ ਵੀ ਉਹਨਾਂ ਵਾਸਤੇ ਖਤਰਨਾਕ ਹੈ। ਪ੍ਰਧਾਨ ਮੰਤਰੀ ਵਾਸਤੇ ਨਾਮ ਅਰੁਣ ਜੇਟਲੀ ਜੀ ਦੇ ਵੀ ਸੁਪਨੇ ਸੀ, ਅਰੁਣ ਜੇਟਲੀ ਮਜਵਾਤਾ, ਇੱਕ ਗਾਂ ਨੂੰ ਸ਼ੇਰ ਦੇ ਸਾਹਮਣੇ ਸਿੱਟਤਾ ਜਿਹਦੇ ਨੇ ਇੱਥੇ ਭੇਜਿਆ ਸੀਗਾ ਅੰਮ੍ਰਿਤਸਰ ਮਾਂਜ ਤੇ। ਸੁਸ਼ਮਾ ਸਵਰਾਜ ਜੀ ਨੂੰ ਵਹਿਮ ਸੀਗਾ ਵੀ ਮੈਂ ਹਿੰਦੀ ਬਹੁਤ ਅੱਛੀ ਬੋਲ ਲੈਤੀ ਹੂੰ ਅਤੇ ਮੈਂ ਪ੍ਰਧਾਨ ਮੰਤਰੀ ਕੇ ਲਾਇਕ ਹੂੰ। ਕਦੇ ਸੁਣਿਆ ਉਹਨਾਂ ਨੂੰ ਨਾਮ, ਕਿ ਜੋ ਉਹਨਾਂ ਦੀ ਬੇਟੀ ਦੀ ਫਾਈਲ ਕੱਢ ਕੇ ਲਿਆਏ, ਕਿਹੜਾ ਉਹ ਜਿਹੜਾ ਕ੍ਰਿਕਟ ਖੇਡਾਂਦਾ ਸੀਗਾ ਮੋਦੀ, ਉਹ ਵੀ ਕਈ ਮੋਦੀ ਵੀ ਕਹੀ ਹੈ ਨਾ ਸਰ, ਉਹਦਾ ਤੇ ਕੇਸ ਕੱਢ ਕੇ ਲਿਆਏ। ਰਾਜਨਾਥ ਸਿੰਘ ਨੂੰ ਬੜੇ ਸੁਪਨੇ ਸੀ ਵੀ ਮੈਂ ਯੂਪੀ ਜਿਹੜੀ ਹਾਰਟ ਆਫ ਇੰਡੀਆ ਹੈ ਵੀ ਮੈਂ ਇੱਕ ਦਿਨ ਪ੍ਰਧਾਨ ਮੰਤਰੀ ਬਣੂੰਗਾ, ਉਹ ਮਾਂਜ ਤੇ। ਦੇਖੋ ਮੈਂ ਸਮਝਦਾ ਵੀ ਅੱਜ ਦੇ ਬਾਅਦ ਜੇ ਖੁਦਾ ਨਾ ਖਾਸਤਾ ਕਿਤੇ ਮੋਦੀ ਸਾਹਿਬ ਵਾਪਸ ਆ ਗਏ ਤੇ ਗਡਕਰੀ ਸਾਹਿਬ ਨਹੀਂ ਰਹੇ, ਉਹ ਇੱਕ ਬੜਾ ਦੁਰਭਾਗਿਆ ਹੋਊਗਾ। ਤੁਹਾਨੂੰ ਵੀ ਹੁਣ ਸੀਐਮ ਪ੍ਰੋਜੈਕਟ ਕੀਤਾ ਜਾ ਰਿਹਾ, ਮੈਂ
ਮਨਤਾ ਦੇਖੋ ਸੀ ਐਮ ਸਾਹਿਬ ਮੇਰ ਕੰਨੀ ਤਾਂ ਹਮੇਸ਼ਾ ਹੀ ਹੈਜ਼ ਬਿਨ ਵੈਰੀ ਕਾਇੰਡ ਟੂ ਮੀ, ਵੈਰੀ ਜੈਨਰਸ ਟੂ ਮੀ। ਦੇਖੋ ਜੋ ਵੀ ਨਿਸ਼ਾਨੇ ਮਾਰ ਗਏ ਉਹਨਾਂ ਨੇ ਇੱਕ ਗੱਲ ਜਿਹੜੀ ਕਹੀ ਤੁਸੀਂ ਇੱਕ ਸੈਂਟੈਂਸ ਚੋਂ ਇੱਕ ਆਖਰੀ ਹਿੱਸਾ ਚੱਕ ਲਿਆ, ਉਹਨਾਂ ਨੇ ਕਿਹਾ ਸੀ ਇੱਕ ਸੱਚਾ ਇਨਸਾਨ, ਮਿਹਨਤੀ ਇਨਸਾਨ, ਦਿਲ ਦੀ ਕਹਿਣ ਵਾਲਾ ਇਨਸਾਨ ਹੈ, ਸੱਚੇ ਦਿਲ ਦਾ ਕਿਸੇ ਮਾੜੀ ਨਹੀਂ ਕਰਦਾ। ਮੈਂ ਕਹਿੰਦਾ ਉਹ ਇੱਕ ਬਹੁਤ ਵੱਡਾ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਪ੍ਰੋਜੈਕਟ ਕਰਕੇ ਤੇ ਮੰਤਰੀ ਸਾਹਿਬ ਮੰਤਰੀ ਪ੍ਰੋਜੈਕਟ ਕਰਕੇ ਪਾੜਾ ਸਾਹਿਬ ਨੂੰ ਤੇ ਸਿੱਧੂ ਸਾਹਿਬ ਤੁਹਾਡੀ ਹਾਜ਼ਰੀ ਦੇ ਵਿੱਚ ਕਰਕੇ ਗਏ ਆ। ਦੇਖੋ ਕਿਸੇ ਨੂੰ ਕੁਛ ਵੀ ਪ੍ਰੋਜੈਕਟ ਕਰਨ, ਗੱਲ ਹੈ ਲੋਕ ਕਿਹਨੂੰ ਪ੍ਰੋਜੈਕਟ ਕਰਦੇ ਸਭ, ਲੋਕਾਂ ਨੇ ਕੰਮ ਨੂੰ ਵੋਟ ਪਾਉਣ, ਕੰਮ ਕਰਨ ਵਾਲਾ ਪਿਆ ਮੱਖਣ ਜਿਵੇਂ ਬਾਹਰ ਆ ਜਾਂਦਾ ਛਾਛ ਪਿੱਛੇ ਰਹਿ ਜਾਂਦਾ ਸਭ। ਮੈਂ ਤਾਂ ਜਿਹੜੀ ਜ਼ਿੰਮੇਵਾਰੀ ਲਈ ਉਹਨਾਂ ਨੇ ਇਸੇ ਕਰਕੇ ਕਹੀ ਸੀਗੀ ਵੀ ਤੁਸੀਂ ਆਹ ਸੁਨੀਲ ਜਾਖੜ ਖੜਾ ਹੈ ਕੰਮ ਦੇ, ਕੰਮ ਕਰਨ ਦੇ, ਇਹਨੂੰ ਕੰਮ ਕਰਨਾ ਆਉਂਦਾ ਹੈ, ਅਤੇ ਜਿਹੜੀ ਜ਼ਿੰਮੇਵਾਰੀ ਮੈਨੂੰ ਲੋਕਾਂ ਨੇ ਇੱਥੇ ਨੇ ਇੰਨਾ ਵਿਸ਼ਵਾਸ ਦਿੱਤਾ ਹੈ ਗੁਰਦਾਸਪੁਰ ਵਾਲਿਆਂ ਨੇ, ਉਹਨੂੰ ਮੈਂ ਤਨਦੇਹੀ ਨਾਲ ਨਿਭਾਇਆ ਤੇ ਨਿਭਾਉਣ ਦਾ ਪ੍ਰਯਾਸ ਪੂਰਾ ਕਰਦਾ। ਤੁਸੀਂ ਬਾਰਡਰ ਟੂ ਬਾਰਡਰ ਘੁੰਮਦੇ ਪਏ ਹੋ, ਫਿਰੋਜ਼ਪੁਰ ਜਿਹੜਾ ਤੁਹਾਡਾ ਇਲਾਕਾ ਉਹ ਵੀ ਬਾਰਡਰ ਏਰੀਆ ਜੀ, ਗੁਰਦਾਸਪੁਰ ਜਿੱਥੇ ਤੁਸੀਂ ਆ ਗਏ ਵੀ ਬਾਰਡਰ ਏਰੀਆ ਹੈ, ਤਾਂ ਬਾਰਡਰ ਟੂ ਬਾਰਡਰ ਕੋਈ ਕਨੈਕਸ਼ਨ ਹੈ? ਤਾਂ ਪੰਜਾਬ ਹੀ, ਬੰਬੇ ਤੋਂ ਨਹੀਂ ਆਇਆ, ਹੈ ਤਾਂ ਪੰਜਾਬ ਹੀ, ਅੱਗੇ ਵੀ ਤੁਸੀਂ ਬਾਰਡਰ ਹੀ ਜੋੜਤਾ ਹੁਣ ਕਿਹੜਾ ਜਿਹੜੇ ਖੂਨ ਬਹਿੰਦੇ ਨੇ ਜੀ ਉਹ ਆਪਣੇ ਟਮਾਟਰ ਵਾਲੀ ਚਟਨੀ ਲਾ ਕੇ ਖੂਨ ਬਣਾਉਂਦੇ ਆ, ਇੱਥੇ ਜਿਹੜੇ ਬਾਰਡਰ ਤੇ ਬੈਠੇ ਆ ਜਿਸ ਦਿਨ ਐਟਮੀ ਹਥਿਆਰਾਂ ਦੀ ਗੱਲਾਂ ਕਰਦੇ ਆ, ਪਾਕਿਸਤਾਨ ਲੜਾਈ ਦੀ ਗੱਲ ਕਰਦੇ ਆ, ਇੱਥੇ ਵੱਜਦੀ ਹੈ ਸਭ ਬਾਰਡਰ ਦੇ ਉੱਤੇ। ਜੇ ਅਸੀਂ ਇੰਡਸਟਰੀ ਲਾਉਣ ਦੀ ਗੱਲ ਕਰਦੇ ਹਾਂ, 1200 ਕਰੋੜ ਦੀ ਫੈਕਟਰੀ ਲਵਾਈ ਹੈ, ਉੱਥੇ ਤਾਂ ਤੁਸੀਂ ਮੈਨੂੰ ਆਉਣ ਹੀ ਨਹੀਂ ਦਿੱਤਾ, ਤੁਸੀਂ ਦੂਜੇ ਪਾਸੇ ਲੈ ਕੇ ਮੈਕਸੀਕੋ ਦੀ ਗੱਲ ਕਰ ਰਹੇ ਸਰ। 1200 ਕਰੋੜ ਰੁਪਈਆਂ ਦੀ 10 ਮਹੀਨਿਆਂ ਦੇ ਅੰਦਰ ਫੈਕਟਰੀ ਲੱਗਦੀ ਕਿਤੇ ਦੇਖੀਏ ਸਰ, 10 ਮਹੀਨਿਆਂ ਦੇ ਤਲੀ ਦੇ ਉੱਤੇ ਸਰੋਂ ਜਮਾ ਕੇ ਦਿਖਾਈ ਹੈ। ਕੈਪਟਨ ਅਮਰਿੰਦਰ ਸਿੰਘ ਜੀ ਅਗਰ ਕੋਆਪਰੇਸ਼ਨ ਨਾ ਹੁੰਦੀ, ਮੈਂ ਇਲੈਕਟ੍ਰਿਸਿਟੀ ਦਾ ਕਨੈਕਸ਼ਨ ਨਹੀਂ ਮਿਲਦਾ 10 ਮਹੀਨੇ 'ਚ, ਅਪਰੂਵਲ ਨਹੀਂ ਮਿਲਦੀ, ਇਹਦਾ ਨੀਂਹ ਪੱਥਰ ਬਤੌਰ MP ਮੈਂ ਰੱਖ ਕੇ ਕੈਪਟਨ ਸਾਹਿਬ ਨਾਲ ਗਿਆ, ਇਹਦਾ ਫੀਤਾ ਕੱਟ ਕੇ ਇਨਾਗੁਰੇਸ਼ਨ ਕੈਪਟਨ ਸਾਹਿਬ ਦੇ ਨਾਲ ਮੈਂ ਕੀਤਾ। 5000 ਬੱਚਿਆਂ ਨੂੰ ਡਾਇਰੈਕਟ ਇਨਡਾਇਰੈਕਟ ਉਹਦੇ 'ਚ ਨੌਕਰੀਆਂ ਮਿਲਣੀਆਂ, ਆਹ ਕੰਮ ਐਜੰਡਾ ਮੇਰਾ ਜਿਹੜਾ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਸੀ। ਬਾਕੀ ਸਾਰੇ ਕੰਮ ਇੱਕ ਪਾਸੇ ਕੰਮ ਕਰਾਂਗੇ, ਏਰੀਏ ਦੀ ਡਿਵੈਲਪਮੈਂਟ ਕਰਾਂਗੇ, ਸਾਰਾ ਕੁਛ ਹੀ ਹੋਊਗਾ, ਪਰ ਲੋਕ ਬੱਚਿਆਂ ਵਾਸਤੇ ਰੁਜ਼ਗਾਰ ਪਾਲਦੇ ਆ। ਤੁਸੀਂ ਜਾਣਦੇ ਹੋ KP ਜੀ, ਪੰਜਾਬੀ ਜਿਹੜੇ ਆ ਨਾ ਬੜੇ ਅਣਖੀ ਆਦਮੀ ਹੈ, ਹੋਰ ਕਿਤੇ ਦਾ ਕੋਈ ਬੱਚਾ ਕੋਈ ਇਹਨਾਂ ਦੇ BJP ਦਾ ਮੋਦੀ ਭਗਤ ਆਪਣੇ ਬੱਚਿਆਂ ਨੂੰ ਪਕੌੜੇ ਤਲਣ ਦੀ ਦੁਕਾਨ ਕਰਵਾਉਣਾ ਚਾਹੇ ਕਰਵਾ ਲਵੇ, ਪੰਜਾਬ ਦੇ ਜਿਹੜੇ ਬੱਚੇ ਹੈ ਉਹ ਇੱਜ਼ਤਦਾਰ ਨੌਕਰੀ ਪਾਲਦੇ ਹੈ, ਉਹ ਕਦੋਂ ਮਿਲੂਗੀ ਜਦੋਂ ਇੱਥੇ ਫੈਕਟਰੀਆਂ ਲੱਗਣਗੀਆਂ? ਜੇ ਮੋਦੀ ਸਾਹਿਬ ਅੱਗ ਲਾ ਕੇ ਬਹਿ ਗਏ ਪਾਕਿਸਤਾਨ ਦੇ ਨਾਲ, ਫਿਰ ਤੁਹਾਡਾ ਕੀ ਕਹਿਣਾ? ਇੱਥੇ ਤੋਪਾਂ ਖੜਨਗੀਆਂ ਕਿ ਫੈਕਟਰੀਆਂ ਲੱਗਣਗੀਆਂ? ਜਿਹੜੇ ਨੇ ਫੈਕਟਰੀ ਲਾਈ ਹੈ ਉਹ ਵੀ ਤੋੜ ਕੇ ਲੈ ਜਾਣਗੇ। ਮੋਦੀ ਸਾਹਿਬ ਤੇ ਆਉਂਗਾ? ਨਹੀਂ ਨਹੀਂ, ਕਿਉਂ ਆਉਗੇ? ਦੇਖੋ ਸਾਡੀ ਲੜਾਈ ਮੋਦੀ ਸਾਹਿਬ ਨਾਲ ਹੈ। ਮੈਂ ਇੱਕ ਕਲਾਨੌਰ ਦਾ ਜ਼ਿਕਰ ਕਰਨਾ ਚਾਹੁੰਦਾ, ਜਿਹੜੇ ਤੁਸੀਂ ਮੁੱਦਿਆਂ ਦੀ ਗੱਲ ਕਰ ਰਹੇ ਹੋ, ਤੁਸੀਂ ਅਕਸਰ ਰੈਲੀਆਂ ਦੇ ਵਿੱਚ ਬੋਲਦੇ ਪਏ ਹੋ ਕਲਾਨੌਰ ਦੇ ਵਿੱਚ ਸਾਡੇ ਕੋਲ ਬੜੀ ਜ਼ਮੀਨ ਪਈ ਹੈਗੀ ਹੈ, ਜੀ ਜੀ, ਕਿਸ ਤਰੀਕੇ ਉਹਨੂੰ ਪਰਸੂ ਕਰੋਗੇ ਤੁਸੀਂ? ਕੈਪਟਨ ਸਾਹਿਬ ਦੀ ਗੱਲ ਬੜੀ ਧਿਆਨ ਨਾਲ ਜਿਹੜੀ ਪੋਲੀਟੀਕਲ ਗੱਲ ਸੁਣ ਲਈ, ਮਤਲਬ ਦੀ ਗੱਲ ਨਹੀਂ ਸੁਣੀ। ਉਹਨਾਂ ਨੇ ਕਿਹਾ ਮੇਰਾ ਏਜੰਡਾ ਹੈ ਬਾਰਡਰ ਦੇ ਉੱਤੇ ਫੈਕਟਰੀਆਂ ਲੱਗਣ, ਪਾਕਿਸਤਾਨ ਬਾਰਡਰ ਦੇ ਉੱਤੇ ਫੈਕਟਰੀਆਂ ਲਾਵੇ, ਉਹਦੇ ਨਾਲ ਦੋਨਾਂ ਇੰਸ਼ੋਰੈਂਸ ਹੋ ਗਈ, ਮਿਊਚੁਅਲ ਇਨਬਿਲਟ ਇੰਸ਼ੋਰੈਂਸ, ਨਾ ਤਾਂ ਉਹ ਸਾਡੇ ਨਾਲ ਪੰਗਾ ਲੈਂਦੇ ਨਾ ਅਸੀਂ ਉਹਨਾਂ ਨਾਲ ਪੰਗੇ ਲੈਂਦੇ, ਵੀ ਸਾਡੀਆਂ ਫੈਕਟਰੀਆਂ ਉੱਥੇ ਉਹਨਾਂ ਦੀ ਫੈਕਟਰੀਆਂ ਉੱਥੇ। ਇਹ ਪੋਜ਼ਿਟਿਵ ਅਪਰੋਚ ਹੈ ਸਰ, ਬੇਸਿਕਲੀ ਸੁਰੱਖਿਆ ਕਵਚ, ਸੁਰੱਖਿਆ ਕਵਚ ਆਪੇ ਆਪ ਇਨਬਿਲਟ ਜੀ। ਉਹਨਾਂ ਨੂੰ ਪਤਾ ਵੀ ਸਾਡੀ ਇੱਥੇ ਇੰਡਸਟਰੀ ਹੈ, ਖਤਮ ਹੋ ਜਾਏਗੀ, ਸਾਨੂੰ ਪਤਾ ਸਾਡੀ ਇੰਡਸਟਰੀ ਹੈ, ਅਤੇ ਇਹ ਜਿਹੜੀ ਸੋਚ ਹੈ ਐਟਮੀ ਹਥਿਆਰਾਂ ਦੀ ਵੀ ਸਾਡੇ ਕੋਲ ਕੋਈ ਪਟਾਕੇ ਨਹੀਂ ਰੱਖੇ, ਆਪਣੇ ਆਪ ਖਤਮ ਹੋ ਜਾਊਗੀ, ਲੋਕਾਂ ਨੂੰ ਰੁਜ਼ਗਾਰ ਚਾਹੀਦਾ। ਇਹਨਾਂ ਨੇ 200% ਡਿਊਟੀ ਲਾ ਦਿੱਤੀ ਪਾਕਿਸਤਾਨੀ ਇੰਪੋਰਟ ਦੇ ਉੱਤੇ। ਤੁਸੀਂ ਅੰਮ੍ਰਿਤਸਰ ਵਾਲੇ ਟ੍ਰੇਡਰ ਨਾਲ ਗੱਲ ਕਰਕੇ ਦੇਖੀ ਕਰਕੇ ਕਿਤੇ ਉਹਨਾਂ ਨੂੰ ਫਰੋਲ ਕੇ ਦੇਖਿਆ ਕੀ ਗੱਲ ਹੈ? ਮੋਦੀ ਸਾਹਿਬ ਉਹ ਵਪਾਰੀ, ਦੇਖੋ BJP ਨੇ ਹਮੇਸ਼ਾ ਕਦੇ ਵੀ, ਦੇਖੋ ਇੱਕ ਗੱਲ ਜਿਹੜਾ ਸਾਡਾ ਵਿਰੋਧੀ ਹੈ ਉਹਦੀ ਵੀ ਪਿੱਠ ਸੁਣਦੀ ਹੈ, ਇੱਕ ਦਿਨ ਨਹੀਂ ਕਿਹਾ ਹੁਣ ਇਲੈਕਸ਼ਨਾਂ ਤੋਂ 1 ਸਾਲ ਪਹਿਲਾਂ ਤਾਂ ਵੀ ਅਸੀਂ ਕਿਸਾਨਾਂ ਦੀ ਪਾਰਟੀ ਹਾਂ, ਉਹਨਾਂ ਨੇ ਕਿਹਾ ਵੀ ਅਸੀਂ ਵਪਾਰੀਆਂ ਦੀ, ਮਿਡਲਮੈਨ ਜਿਹੜੇ ਉਹ ਹੈਗੇ ਵਿਚਾਲੇ ਮਿਡਲ ਕਲਾਸ ਜਿਹੜੀ ਹੈ ਉਹਦੇ ਅਸੀਂ ਹੈ, ਪਰ ਐਤਕੀ ਤਾਂ ਉਹ ਵੀ ਰੋਲ 'ਤੇ, ਵਪਾਰੀ ਰੋਲ 'ਤੇ ਕਰਕੇ, GST ਨੇ ਰੋਲ 'ਤੇ, ਤੁਹਾਡੀ ਨੋਟਬੰਦੀ ਨੇ ਰੋਲ 'ਤੇ, ਅਤੇ ਅੱਜ ਮੈਂ ਇੱਥੇ ਮਿਲ ਰਿਹਾ ਸੀ ਸਾਡੇ ਸਵਰਨਕਾਰ ਸੰਘ ਦੇ ਲੋਕ 42-46 ਦਿਨ ਧਰਨੇ 'ਤੇ ਬੈਠੇ ਰਹੇ, ਕਿਸੇ ਨੇ ਆ ਕੇ ਵਾਹ ਹੀ ਨਹੀਂ ਪੁੱਛੀ। ਤੁਹਾਡਾ ਕੀ ਖਿਆਲ ਹੈ ਵੀ ਅੱਜ ਮੋਦੀ ਸਾਹਿਬ ਕਿਉਂ ਰਾਸ਼ਟਰਵਾਦ ਦੀ ਗੱਲ, ਕਿਉਂ ਐਟਮੀ ਹਥਿਆਰਾਂ ਦੀ ਗੱਲ ਕਰਦੇ ਹੈ? ਨੈਸ਼ਨਲਿਜ਼ਮ ਦਾ ਬਿਲਕੁਲ ਏਜੰਡਾ ਸਾਹਿਬ, ਨੈਸ਼ਨਲਿਜ਼ਮ, ਲੋਕ ਪੁੱਛਦੇ ਵੀ ਪੁਲਵਾਮਾ 'ਚ 40 ਸਾਡੇ ਜਵਾਨ ਮਰਵਾਏ ਕਿਉਂ ਮੋਦੀ ਸਾਹਿਬ ਨੇ, ਕਿਉਂ ਮਰੇ? ਦੇਖੋ ਲੋਕ ਬੜੇ ਸਿਆਣੇ ਹੈ, ਮੋਦੀ ਸਾਹਿਬ ਕਹਿੰਦੇ ਅੱਜ ਕੱਲ੍ਹ ਇੱਕ ਬੜਾ ਨਾਮ ਚੱਲ ਪਿਆ ਨੈਰੇਟਿਵ, ਕਿਹੜਾ ਨੈਰੇਟਿਵ ਹੈ ਸਾਹਿਬ? ਨੈਰੇਟਿਵ ਬਦਲੇ ਜਾਂਦੇ ਹੈ ਕਿ ਲੋਕਾਂ ਦੀ ਜ਼ਰੂਰਤਾਂ ਨੌਕਰੀਆਂ ਦੀ ਹੈ, ਉਸ ਤੋਂ ਹਟਾ ਕੇ ਲੈ ਕੇ ਜਾਣਾ ਚਾਹੁੰਦੇ ਹੋ ਤੁਸੀਂ ਰਾਸ਼ਟਰਵਾਦ। ਇਹਨਾਂ BJP ਵਾਲਿਆਂ ਨੇ ਜਦੋਂ ਜਨਸੰਘ ਸੀਗੀ, RSS ਸੀ, ਕੋਈ ਇੱਕ ਨਾਮ ਹੈ ਕਿ ਇਹਨਾਂ ਕੋਲ ਵੀ ਸੁਤੰਤਰਤਾ ਸੰਗਰਾਮ ਦੇ ਅੰਦਰ ਕੋਈ ਆਜ਼ਾਦੀ ਘੁਲਾਟੀਆ ਇੱਕ ਲੈ ਦੇ ਕੇ ਨਾਮ ਹੈ ਇਹਨਾਂ ਦੇ ਸਾਰੇ? ਉਸ ਜਿਹੜਾ RSS ਦਾ ਭਵਨ ਬਣਾਇਆ ਇਹਨਾਂ ਨੇ BJP ਵਾਲਿਆਂ ਨੇ, ਕੀ BJP ਹੈੱਡਕੁਆਟਰ ਦਿੱਲੀ 'ਚ 700 ਕਰੋੜ ਰੁਪਏ ਲਾ ਕੇ, ਇੱਕ ਦੀਨ ਦਿਆਲ ਉਪਾਧਿਆਇ ਜੀ ਦੀ ਫੋਟੋ ਹੈ, ਨਾ ਉਸ ਤੋਂ ਗਾਂਹ ਨਾ ਉਸ ਤੋਂ ਪਿਛਾਂ, ਇਹਨਾਂ ਦਾ ਇਤਿਹਾਸ ਉੱਥੇ ਖਤਮ ਹੁੰਦਾ, ਉੱਥੇ ਨਿਬੜ ਜਾਂਦਾ।
ਚਾਲੂ ਉੱਥੇ ਹੁੰਦਾ, ਖਤਮ ਹੋ ਜਾਂਦਾ। ਪਰ ਇੱਥੇ ਲੋਕ ਪੁੱਛਦੇ ਹੈ ਵੀ ਇਲੈਕਸ਼ਨਾਂ ਤੋਂ ਸਾਲ ਕੁ ਪਹਿਲਾਂ ਪਿੰਡ ਦੇ ਸੱਥਾਂ 'ਚ ਸ਼ਹਿਰ ਦੇ ਪਨਵਾੜੀ ਦੀ ਦੁਕਾਨ 'ਤੇ ਇੱਕ ਚਰਚਾ ਚੱਲ ਪਈ ਵੀ ਮੋਦੀ ਸਾਹਿਬ ਤਾਂ ਗਏ, ਪਰ ਨਾਲ ਆਹ ਵੀ ਇੱਕ ਰਾਈਡਰ ਲਾ ਦਿੰਦੇ ਸੀ ਵੀ ਗਏ ਤਾਂ ਸਹੀ ਪਰ ਕਹਿੰਦਾ ਬੀਜੇਪੀ ਤੇਜ਼ ਬਹੁਤ ਹੈ, ਜਾਂ ਤਾਂ ਪਾਕਿਸਤਾਨ ਨਾਲ ਪੰਗਾ ਲੈਣਗੇ ਇਲੈਕਸ਼ਨਾਂ ਤੋਂ ਪਹਿਲਾਂ, ਅਤੇ ਜਾਂ ਕੋਈ ਨਾ ਕੋਈ ਇੱਥੇ ਦੰਗਾ ਫਸਾਦ ਧਰਮ ਦੇ ਨਾਂ ਦਾ ਕਰਾਉਣਗੇ। ਇਜ਼ ਇਟ ਨੋਟ ਟੂ ਮੱਚ ਆਫ ਅ ਕੋਇਨਸੀਡੈਂਸ ਵੀ ਇਲੈਕਸ਼ਨਾਂ ਤੋਂ ਥੋੜ੍ਹੇ ਦਿਨ ਪਹਿਲਾਂ ਪੁਲਵਾਮਾ ਹੋ ਗਿਆ, 2000 ਟਰੱਕਾਂ ਦੀ ਮੂਵਮੈਂਟ ਹੋ ਰਹੀ ਹੈ, ਇਜ਼ ਅ ਅਨਯੂਜੁਅਲ ਮੂਵਮੈਂਟ। ਪੁਲਵਾਮਾ ਸਾਜ਼ਿਸ਼ ਲੱਗਦੀ ਹੈ, ਲੋਕ ਪੁੱਛਦੇ ਸਭ ਵੀ ਇਨਕੁਆਇਰੀ ਕਿਉਂ ਨਹੀਂ ਬਿਠਾਈ, ਕੋਰਟ ਆਫ ਇਨਕੁਆਇਰੀ ਕਿਉਂ ਨਹੀਂ ਬਿਠਾਈ, ਬਾਲਾਕੋਟ ਇਜ਼ ਅ ਰਿਪਰਕਸ਼ਨ ਆਫ ਦੈਟ। ਬਾਲਾਕੋਟ ਦੀ ਬੱਲੇ ਬੱਲੇ ਲੈ ਰਹੇ ਹੈ, ਮੋਦੀ ਸਾਹਿਬ ਐਂ ਮਹਿਸੂਸ ਕਰ ਰਹੇ ਵੀ ਉਹ ਖੁਦ ਜਾ ਕੇ ਮਿਰਾਜ ਉਡਾ ਕੇ ਲੈ ਕੇ ਗਏ ਸੀ, ਬੰਬ ਸਿੱਟ ਕੇ ਆਏ, ਅਤੇ ਪੁਲਵਾਮਾ ਦੀ ਜ਼ਿੰਮੇਵਾਰੀ ਵੀ ਲੈਣ। ਚੌਕੀਦਾਰ ਨੇ ਜੇ ਸਾਂਠ ਗਾਂਠ ਨਹੀਂ ਸੀ ਕਰ ਰੱਖੀ ਤਾਂ ਚੌਕੀਦਾਰ ਨੇ ਅੱਖ ਤਾਂ ਮੀਚ ਲਈ ਮੌਕੇ 'ਤੇ, ਉਹ ਖੁਦ ਕਹਿ ਰਹੇ ਆ ਵੀ ਸਾਡੇ ਕੋਲ ਐਕਸ਼ਨੇਬਲ ਇੰਟੈਲੀਜੈਂਸ ਅਵੇਲੇਬਲ ਸੀਗੀ। ਅਤੇ ਇਹ ਸਵਾਲ ਪੁੱਛਦੇ ਰਾਸ਼ਟਰਵਾਦ, ਬਿਲਕੁਲ ਮੈਂ ਕਹਿੰਦਾ ਵੀ ਇੱਥੇ ਸਾਡੇ ਦੀਨਾਨਗਰ ਦਾ ਮਨਿੰਦਰ ਸਿੰਘ ਜਿਹੜਾ ਉਸ 'ਚ ਸ਼ਹੀਦ ਹੋਇਆ, ਉਹ ਦਿਨ ਬਾਈ ਚਾਂਸ ਮੈਂ ਇੱਥੇ ਸੀਗਾ, ਮੈਂ ਉਹਨਾਂ ਦੇ ਘਰੇ ਗਿਆ ਵੀ ਚਲੋ ਅੰਤਿਮ ਸੰਸਕਾਰ 'ਚ ਅਗਲੇ ਦਾ ਦੁੱਖ ਮੰਡਾਵਾਂਗੇ, ਉਹਨਾਂ ਦੇ ਪਿਤਾ ਦੇ ਨਾਲ ਖੜ ਕੇ ਦੁੱਖ ਸਾਂਝਾ, ਉਹਨਾਂ ਦਾ ਦੁੱਖ ਤਾਂ ਕੌਣ ਕਰ ਸਕਦਾ, ਨਹੀਂ ਮੁੜਿਆ ਜਾ ਸਕਦਾ, ਮਨਿੰਦਰਪੁਰ ਨਾਲ ਖੜਾਂਗੇ। 4 ਵਜੇ ਦਿਨ ਆਫਿਸ ਦਾ ਫੋਨ ਆ ਗਿਆ, ਤੁਸੀਂ ਚੱਲੋ ਜੀ। ਮੈਂ ਕੀ ਗੱਲ, ਕਹਿੰਦਾ ਬੋਡੀ ਨਹੀਂ ਆ ਸਕਦੀ। ਮੈਂ ਕਿਹਾ ਆਹ ਤਾਂ ਇੱਥੇ ਰਿਹਾ ਪਹਿਲਾਂ 10 ਮਿੰਟ ਦੀ ਫਲਾਈਟ ਨਹੀਂ ਹੈਲੀਕਾਪਟਰ 'ਚ, ਹੁਣ ਆ ਜੂਗੀ ਬੋਡੀ। ਕਹਿੰਦੇ ਨਹੀਂ ਜੀ, ਬੋਡੀਜ਼ ਨੂੰ ਦਿੱਲੀ ਲੈ ਗਏ ਕਿਉਂਕਿ ਮੋਦੀ ਸਾਹਿਬ ਨੇ ਫੋਟੋ ਖਿਚਾਉਣੀ ਹੈ। ਆਹ ਫੋਟੋ ਓਪਰਚੁਨਿਟੀ ਹੈ ਮੋਦੀ ਸਾਹਿਬ ਵਾਸਤੇ, ਕਿਹੜਾ ਰਾਸ਼ਟਰਵਾਦ ਦਾ ਏਜੰਡਾ ਸਾਹਿਬ, ਕਿਹੜਾ ਪੁਲਵਾਮਾ, ਕਿਹੜਾ ਬਾਲਾਕੋਟ, ਫਿਰ ਇਹਨਾਂ ਨੂੰ ਕੀ ਲੋੜ ਪਈ ਜੇ ਬਾਲਾਕੋਟ ਨਾਲ ਇਹਨਾਂ ਨੇ ਨਿਬੇੜਤੀ ਸਾਰੀ ਕਹਾਣੀ। ਮੰਨ ਲਿਆ ਮੈਂ ਜੀ ਇਹਨਾਂ ਨੇ 400 ਮਾਰਤੇ, 300 ਮਾਰਤੇ, ਇੱਕ ਆਤੰਕਵਾਦੀ ਤਾਂ ਇੱਕ ਮਾਰਿਆ ਵੀ ਬਹੁਤ ਵਧੀਆ, ਇੱਕ ਮਾਰਿਆ ਵੀ ਬਹੁਤ ਸੋਹਣਾ ਹੈ, ਜਿੰਨੇ ਮਰਨ ਉਹਨੇ ਠੀਕ ਆਤੰਕਵਾਦੀ, ਪਰ ਫਿਰ ਜੇ ਨਿਬੇੜਤਾ ਸੀ ਕੰਮ, ਫਿਰ ਐਟਮ ਹਥਿਆਰ ਕਿਉਂ ਕੱਢ ਲਏ? ਤੁਹਾਨੂੰ ਪਤਾ ਹੈ ਦੁਨੀਆ ਦੇ ਅੰਦਰ ਕਿਹੜਾ ਜਿਹੜਾ ਰਾਸ਼ਟਰ ਦਾ ਹੈੱਡ ਆਫ ਦਾ ਸਟੇਟ ਹੈ ਜਿਹੜਾ ਗੱਲ ਕਰਦਾ ਐਟਮੀ ਹਥਿਆਰਾਂ ਦੀ? ਕੋਈ ਹੈ ਤੁਹਾਡੇ ਧਿਆਨ 'ਚ? ਇੱਕ ਬੰਦਾ ਹੈ ਨੌਰਥ ਕੋਰੀਆ ਵਾਲਾ, ਅਤੇ ਤੁਹਾਨੂੰ ਪਤਾ ਨੌਰਥ ਕੋਰੀਆ ਦਾ ਹਾਲ ਕੀ ਹੈ, ਉੱਥੇ ਚੂਹੇ ਮਾਰ ਮਾਰ ਕੇ ਲੋਕ ਖਾਂਦੇ ਹੈ। ਇਹ ਮੁਲਕ ਨੂੰ ਉਧਰਲੇ ਪਾਸੇ ਲੈ ਕੇ ਚੱਲੇ, ਇਹੋ ਜਿਹਾ ਰਾਸ਼ਟਰਵਾਦ ਕਰਨਾ ਚਾਹੁੰਦੇ ਆ? ਇਹ ਬੜੇ ਗੰਭੀਰ ਮੁੱਦੇ ਸਾਹਿਬ, ਦੇਖੋ ਕੋਣ ਪੰਚਾਇਤ ਦਾ ਇਲੈਕਸ਼ਨ, ਆ ਰੀਅਲ ਇਸ਼ੂਸ ਆ। ਸੋ ਤੁਸੀਂ ਰਾਸ਼ਟਰਵਾਦ ਦੀ ਗੱਲ ਕੀਤੀ, ਹੁਣ ਤੁਸੀਂ ਕਹਿੰਦੇ ਰੀਅਲ ਇਸ਼ੂ ਨਹੀਂ? ਮੈਂ ਰੀਅਲ ਇਸ਼ੂਸ ਤੇ ਆਉਣਾ ਚਾਹੁੰਦਾ ਜੀ। ਜਿਹੜੇ ਤੁਸੀਂ ਸਰਹੱਦੀ ਖੇਤਰ ਦਾ ਵੀ ਸਾਰਾ ਦੌਰਾ ਕੀਤਾ ਹੈਗਾ, ਤੁਸੀਂ ਉੱਥੇ ਜਾ ਕੇ, ਮੈਂ ਤੁਹਾਡੀ ਕੰਪੇਨ ਫੋਲੋ ਕਰ ਰਿਹਾ ਜਿੱਥੇ ਜਾ ਕੇ, ਜਿਹੜੇ ਰਾਵੀ ਪਾਰ ਲੋਕ ਹੈਗੇ ਆ, ਲੋਕ ਜਿਹੜੇ ਵਾਸਤੇ, ਉਹਨਾਂ ਦੀ ਬੜੀਆਂ ਸਮੱਸਿਆਵਾਂ, ਜਾਖੜ ਸਾਹਿਬ ਸਿਹਤ, ਸਿੱਖਿਆ, ਸਾਰੀਆਂ ਬੁਨਿਆਦੀ ਢਾਂਚਾ ਨੂੰ ਨਹੀਂ ਮਿਲਦਾ ਪਿਆ, ਉਹਨਾਂ ਲਈ ਜਾਖੜ ਸਾਹਿਬ ਦਾ ਕੀ ਪਲਾਨ? ਦੇਖੋ ਅਸੀਂ, ਤੁਸੀਂ ਜਾ ਕੇ ਆਏ ਹੋ ਸਰਹੱਦੀ ਪਾਰ, ਤੁਸੀਂ ਸਿਰਫ ਇੱਕ ਮਕੌੜਾ ਪਤਨ ਦੇ ਬ੍ਰਿਜ ਦੀ ਗੱਲ ਲੈ ਕੇ ਆਓਗੇ, ਉਹਦੇ ਨਾਲ ਤੁਸੀਂ ਬਜਟ ਵੀ ਦੇਖਣਾ ਚਾਹੀਦਾ ਸੀਗਾ ਵੀ ਜਦੋਂ ਸੁਨੀਲ ਜਾਖੜ MP ਬਣਿਆ, ਗੱਲ ਕਰਕੇ 85 ਕਰੋੜ ਰੁਪਏ ਉਸ ਮਕੌੜਾ ਪਤਨ ਵਾਸਤੇ ਇਜ਼ ਆਲਰੇਡੀ ਪ੍ਰੋਵਾਈਡਿਡ ਫੋਰ। 1.5 ਸਾਲ 'ਚ ਸਾਰੇ ਕੰਮ ਨਹੀਂ ਹੁੰਦੇ ਹੁੰਦੇ, ਪਰ ਬ੍ਰਿਜ ਹੈ ਜੀ, ਬ੍ਰਿਜ ਬਣੂਗਾ, ਪਰ ਤੁਸੀਂ ਆਹ ਵੀ ਤਾਂ ਦੇਖੋ ਨਾ, ਉਹਦੇ ਨਾਲ ਮਸਤਪੁਰ ਵਾਲਾ ਦੇਖੋ ਤੁਸੀਂ ਪੁਲ ਜਿਹੜਾ ਬਣ ਰਿਹਾ, ਉਹ ਵੀ ਰਾਵੀ ਪਾਰ ਹੀ ਹੈ ਜੀ, 22 ਕਰੋੜ ਰੁਪਏ ਦਾ ਬਣ ਰਿਹਾ। ਜਿਹੜਾ ਫਰੀਦਾ ਨਗਰ ਵਾਲਾ ਜਿਹੜਾ ਬ੍ਰਿਜ ਹੈ ਉਹ ਵੀ ਬਣ ਰਿਹਾ, ਉਹਦੀ ਵੀ ਗੱਲ ਕਰੋ, ਉਹਨਾਂ ਦੀ ਕੋਈ ਆ ਤਾਂ ਡਿਵੈਲਪਮੈਂਟ ਦੇ ਮੁੱਦਿਆਂ 'ਤੇ ਗੱਲ ਕਰਨ। ਜਦੋਂ ਮੈਂ ਮੁੱਦਿਆਂ ਦੀ ਗੱਲ ਕਰਦਾ ਤਾਂ ਸਾਡੇ ਜਿਹੜੇ ਵਿਰੋਧੀ ਹੈ ਉਹ ਕਹਿੰਦੇ ਸਾਡੇ 'ਤੇ ਲਾਂਛਨ ਮਾਰ ਰਹੇ। ਮੈਂ ਉਹਨਾਂ ਨੂੰ ਪੁੱਛਿਆ ਸੀਗਾ, ਜਾਂ ਤੁਹਾਡੇ ਰਾਹੀਂ ਪੁੱਛ ਲੈਣਾ ਵੀ ਉਹਨਾਂ ਤੋਂ ਤੁਸੀਂ ਅੱਜ ਮਿਲੋਗੇ ਜਾਂ ਜਦੋਂ ਵੀ ਮਿਲੋਗੇ, ਕੀੜੀ ਅਤੇ ਮਕੌੜੇ ਦੀ ਸਮੱਸਿਆ ਪੁੱਛਿਓ ਜੀ, ਕੀੜੀ ਅਤੇ ਮਕੌੜਾ ਜੇ ਉਹ ਤੁਹਾਨੂੰ ਜਵਾਬ ਦੇ ਦੇਣ ਤਾਂ। ਸਰਹੱਦੀ ਖੇਤਰ ਦੀ ਗੱਲ ਕਰਦੇ ਹੋ, ਕੀੜੀ ਤਾਂ ਮਿੱਲ ਹੈ ਜਾਂ ਸ਼ੂਗਰ ਮਿੱਲ ਜਿੱਥੇ ਪ੍ਰਾਈਵੇਟ ਸਾਹੂਕਾਰਾਂ ਦੀ ਮਿੱਲ ਹੈ ਅਤੇ ਉੱਥੇ ਪੇਮੈਂਟ ਨਹੀਂ ਹੁੰਦੀ, ਅਤੇ ਮਕੌੜਾ ਹੈ, ਮਕੌੜਾ ਪੱਤਨ ਜਿਹਦੇ ਪੁੱਲ ਵਾਸਤੇ ਅਸੀਂ 85 ਕਰੋੜ ਰੁਪਏ ਪਾਇਆ, ਉਹਨਾਂ ਵਾਸਤੇ, ਬੰਬਈ ਵਾਲਿਆਂ ਵਾਸਤੇ ਕੀੜੀ ਮਕੌੜੇ ਹੈ ਜਿਹੜੇ ਨਿਕਲਦੇ ਆ ਸਭ। ਇਹਨਾਂ ਗੱਲਾਂ ਨਾਲ ਨਹੀਂ, ਕੰਮ ਪੈਸਿਆਂ ਨਾਲ ਹੁੰਦਾ, ਪੈਸੇ ਵੀ ਆਰ ਪ੍ਰੋਵਾਈਡ। 22 ਕਰੋੜ ਰੁਪਏ ਦਾ ਪੁੱਲ ਬਣ ਰਿਹਾ, ਦੇਖ ਕੇ ਆਓ, ਇਟਸ ਨੋਟ ਵੀ ਪੇਪਰ 'ਚ, ਉਸ 'ਚ ਕੰਮ ਚੱਲ ਰਿਹਾ। ਦਿਸ ਇਜ਼ ਹਾਊ ਵਰਕ ਇਜ਼ ਡਨ। ਤੁਸੀਂ ਕਹੋ ਵੀ ਮੈਂ ਰੈਡੀਮੇਡ ਪੁੱਲ ਲਿਆ ਕੇ 1.5 ਸਾਲ 'ਚ ਲਿਆ ਕੇ ਰੱਖ ਦੇ ਸੁਨੀਲ ਜਾਖੜ, ਆਈ ਥਿੰਕ ਇਟਸ ਬੀਇੰਗ ਅਨਫੇਅਰ। ਨਹੀਂ, ਕਿਸੇ ਨੇ ਦੇਖੋ, ਤੁਸੀਂ ਜਦੋਂ ਜਾ ਕੇ ਆਏ ਹੋ ਸਰਹੱਦ 'ਚ, ਯੂ ਸ਼ੁਡ ਹੈਵ ਮੈਂਸ਼ਨ ਵੀ ਮੈਂ ਉੱਥੇ ਜਾ ਕੇ ਆਇਆ ਕਿ ਸੁਨੀਲ ਜਾਖੜ ਜਿਹੜਾ ਤੁਸੀਂ ਮਸਤਪੁਰ ਵਾਲਾ ਤਾਂ ਚਾਲੂ ਕਰਾ ਤਾ, ਉਹਦੇ ਵਾਲਾ ਪੰਕੌੜਾ ਪੱਤਨ ਦਾ ਕਦੋਂ ਹੋਊਗਾ? ਬਜਟ ਦੇਖੋ, ਇਸ ਬਜਟ 'ਚ ਆਲਰੇਡੀ ਪ੍ਰੋਵਾਈਡਿਡ ਫੋਰ 85 ਕਰੋੜ ਰੁਪਈਏ ਮਕੌੜਾ ਪੱਤਨ ਵਾਸਤੇ ਰੱਖੇ। 12 ਪਿੰਡ ਹੈ, ਸ਼ਾਇਦ ਸਾਥੀ ਨੂੰ ਸਾਡੇ ਨੂੰ ਨਾ ਪਤਾ ਹੋਣ, 12 ਪਿੰਡ ਹੈ ਉਹਨਾਂ 'ਚ। ਨਹੀਂ ਨਹੀਂ, ਠੀਕ ਨਹੀਂ ਸਾਹਿਬ, 12 ਪਿੰਡਾਂ 'ਚੋਂ 4 ਬੇਚਿਰਾਗੇ ਹੈ, ਖਾਲੀ ਹੋ ਗਏ, 8 ਪਿੰਡ ਹੈ ਉਹਦੇ ਵਾਸਤੇ ਕੰਮ ਹੈ, ਕੋਸ਼ਿਸ਼ ਕਰ ਰਹੇ ਹਾਂ, ਕਰਾਂਗੇ, ਜੇ ਦੁਬਾਰਾ ਲੋਕਾਂ ਨੇ ਮੌਕਾ ਦਿੱਤਾ ਉਹ ਵੀ ਪੂਰਾ ਕਰਾਂਗੇ। ਸੁਨੀਲ ਜਾਖੜ ਸਾਹਿਬ, ਤੁਹਾਨੂੰ ਬੜਾ ਕੌਨਫੀਡੈਂਸ ਆਪਦੇ ਕੰਮਾਂ 'ਤੇ ਹੋਣਾ ਵੀ ਚਾਹੀਦਾ ਹੈਗਾ, ਜੇ ਤੁਸੀਂ ਇਹਨਾਂ ਦਾਅਵਾ ਕਰ ਦਿਓ ਕਿ ਮੈਂ ਕੰਮ ਕੀਤੇ ਹੈਗੇ, ਮੈਂ ਪ੍ਰੋਜੈਕਟ ਲੈ ਕੇ ਆਇਆ। ਸੁਨੀਲ ਜਾਖੜ ਸਾਹਿਬ, ਫਿਰ ਮੁਸ਼ਕਲ ਕਿੱਥੇ ਆ ਕੇ ਖੜਦੀ ਹੈਗੀ ਹੈ? ਇੱਕ ਸਟਾਰ ਫੇਸ ਤੁਹਾਡੇ ਸਾਹਮਣੇ ਆ ਕੇ ਖੜਾ ਹੋ ਗਿਆ, ਇਹ ਮੁਸ਼ਕਲ ਹੈਗੀ ਹੈ, ਜਾਂ ਜਿਹੜੇ ਇੱਥੇ
ਕਾਂਗਰਸ ਦੇ ਵਿੱਚ ਆਪਸ ਵਿੱਚ ਕੋਈ ਧੜੇਬਾਜ਼ੀ ਹੈਗੀ ਹੈ, ਮੁਸ਼ਕਲ ਹੈਗੀ ਹੈ? ਕੋਈ ਧੜੇਬਾਜ਼ੀ ਨਹੀਂ, ਮੈਂ ਸਮਝਦਾ ਵੀ ਜਿੰਨੇ ਸਾਡੇ ਇੱਥੇ ਦੇ ਲੋਕਲ ਲੀਡਰਸ ਜਿਹੜੇ ਹੈ, ਸਾਡੇ MLA ਮਿਨਿਸਟਰ ਜਾਂ ਜਿਹੜੇ ਸਾਡੇ ਦੋਨਾਂ ਹਲਕਿਆਂ ਦੇ ਵਿੱਚ, ਸੁਜਾਨਪੁਰ ਦੇ ਅੰਦਰ ਅਤੇ ਬਟਾਲੇ ਦੇ ਅੰਦਰ, ਇੰਨਾ ਕੰਮ ਮੈਂ ਆਪਣੇ ਆਪ ਦੇ ਇਲੈਕਸ਼ਨ ਵਾਸਤੇ ਮੈਂ ਨਹੀਂ ਕਰ ਰਿਹਾ ਜਿੰਨੇ ਉਹ ਕਰ ਰਹੇ। ਕਿਤੇ ਕੋਈ ਮੁਸ਼ਕਲ ਨਹੀਂ, ਮੁਸ਼ਕਲ ਜਿੱਥੇ ਤਾਂ ਕੰਮ 'ਤੇ ਕੌਨਫੀਡੈਂਸ ਹੈ। ਮੈਂ ਅੱਜ ਵੀ ਕਹਿ ਕੇ ਆਇਆ, ਮੈਂ ਪਰਸੋਂ ਬਟਾਲੇ ਸੀਗਾ ਉੱਥੇ ਵੀ ਕਹਿ ਕੇ ਆਇਆ, ਮੈਂ ਲੋਕਾਂ ਨੂੰ ਇਹ ਕਹਿ ਰਿਹਾ ਵੀ ਇਹ ਕਿ ਇਤਿਹਾਸਿਕ ਜਜਮੈਂਟ ਦਿਓ ਵੀ ਤੁਹਾਨੂੰ ਕੰਮ ਪਸੰਦ ਆਉਂਦਾ ਹੈ ਤਾਂ ਉਹਦੀ ਮੰਜੀ ਠੋਕ ਦਿਓ, ਜ਼ਮਾਨ ਜ਼ਬਤ ਕਰਾਓ। ਜੇ ਤੁਹਾਨੂੰ ਚਿਹਰਾ ਪਸੰਦ ਹੈ ਫਿਰ ਮੇਰੀ ਜ਼ਮਾਨ ਜ਼ਬਤ ਕਰਾਓ, ਵੀ ਮੁੜ ਕੇ ਕੋਈ ਕੰਮ ਨਾ ਕਰੇ। ਨਹੀਂ ਆ ਮੁੜ ਕੇ ਕੋਈ ਮੁੰਬਈ ਤੋਂ ਜਾਂ ਕੋਈ ਜਿਮਨੇਜ਼ੀਅਮ 'ਚੋਂ ਬਾਹਰ ਨਿਕਲ ਕੇ ਆ ਕੇ ਵੀ ਮੇਰਾ ਹੱਥ ਜਿਹੜਾ ਮੈਂ 100 ਵਾਰੀ ਡੰਮ ਕਰਦਾ ਹੂੰ, ਡੰਬੈਲ ਜਾਂ ਡੰਮ ਜੋ ਵੀ ਕਰਦੇ ਹੈ ਉਹਦੇ ਕਰੇ। ਇਟ ਸ਼ੁੱਡ ਬੀ ਆ ਜਜਮੈਂਟ। ਲੋਕ ਬਾਅਦ 'ਚ ਕਹਿਣ ਵੀ ਗੁਰਦਾਸਪੁਰ ਵਾਲਿਆਂ ਨੇ ਬੈਂਚ ਮਾਰਕ ਇੱਕ ਨਤੀਜਾ ਦੇ ਤਾ ਵੀ ਮੁੜ ਕੇ ਕੋਈ ਕੰਮ ਕੁੰਮ ਦੀ ਕਹਾਣੀ ਨਾ ਕਰੇ। ਕੋਈ ਅਗਲੀ ਪਾਰਲੀਮੈਂਟ ਫਿਰ ਬੰਬੇ 'ਚ ਮਿਲੇ ਵੀ ਉੱਥੇ ਸੋਹਣੇ ਸੁਲੱਖੇ ਮੁੰਡੇ ਹੈ ਅਤੇ ਉੱਥੇ ਲਾ ਲਈਏ ਪਾਰਲੀਮੈਂਟ MP ਸਾਰੇ ਉੱਥੇ ਬਣਨ, ਕਾਹਨੂੰ ਇੱਥੇ ਚੱਕਰ ਕਾਇਦ ਫਿਰਦੇ? ਮੈਂ ਦੇਖੋ ਉਹਨਾਂ ਦਾ, ਮੈਂ ਜਿੱਦਣ ਮੈਂ ਇਲੈਕਸ਼ਨ ਪਿਛਲੀ ਵਾਰੀ ਆਇਆ ਜਿਹਨਾਂ ਦੀ ਡੈਥ ਇੱਕ ਅਨਫੋਰਚੁਨੇਟ ਸਰਕਮਸਟਾਂਸਿਸ ਕਰਕੇ, ਮੈਨੂੰ ਮੈਂ ਉਹਦੇ ਨੂੰ ਕਿਹਾ ਸੀ ਵੀ ਮੇਰੇ ਵਾਸਤੇ ਬੜਾ ਧਰਮ ਸੰਕਟ ਹੋ ਜਾਣਾ ਸੀ। ਮੈਂ ਉਹਨਾਂ ਦਾ ਬੜਾ ਫੈਨ ਹਾਂ, ਮੈਂ ਇਹਨਾਂ ਦਾ ਵੀ ਬੜਾ ਫੈਨ ਹਾਂ, ਐਜ਼ ਅ ਐਕਟਰ ਉਹਨਾਂ ਦਾ ਵੀ ਫੈਨ ਹਾਂ, ਮੈਂ ਇਹਨਾਂ ਦਾ ਵੀ ਬੜਾ ਐਕਟਰ ਦੇ ਇਹਨਾਂ ਦੇ ਫੈਨ ਹਾਂ। ਬਟ ਉਹਦੇ ਬਾਅਦ ਜਦੋਂ ਰਾਜਨੀਤੀ 'ਚ ਉਤਰ ਕੇ ਆ ਗਏ ਸਭ, ਮੈਂ ਤਾਂ ਅਜੇ ਵੀ ਮੇਰਾ ਜਿਹੜਾ ਰਿਗਾਰਡ ਹੈ ਧਰਮਿੰਦਰ ਜੀ ਵਾਸਤੇ, ਫਿਰ ਜੋ ਉਹਨਾਂ ਨੂੰ ਜਾ ਕੇ ਕੁਛ ਕਹਿ ਦਿੰਦੇ ਆ, ਮਰੋੜ ਤਰੋੜ ਕੇ ਮਿਰਚ ਲਾ ਕੇ ਉਹ ਰਿਐਕਟ ਕਰਦੇ, ਬਟ ਇਜ਼ ਮਟੀਰੀਅਲ। ਮੇਰਾ ਜਿਹੜਾ ਸਤਿਕਾਰ ਹੈ ਉਹ ਕਿਸੇ ਨਤੀਜੇ ਜਾਂ ਇਲੈਕਸ਼ਨ ਕਰਕੇ ਨਹੀਂ, ਉਹ ਵੱਡੇ ਹੈ ਕੁਛ ਵੀ ਬੋਲਣ, ਸਭ ਉਹਨਾਂ ਨੂੰ ਹੈ, ਸਾਡਾ ਸਤਿਕਾਰ ਉਹਨਾਂ ਕਨੀ ਬਣਿਆ ਰਹੂਗਾ। ਮੇਰਾ ਐਜ਼ ਅ ਸਨੀ ਦਿਓਲ ਕਨੀ ਬੀਇੰਗ ਐਨ ਐਕਟਰ, ਆਈ ਲਾਈਕ ਹਿਮ, ਆਈ ਕੁਆਈਟ ਫਾਈਂਡ ਹਿਮ ਐਜ਼ ਅ ਓਨੈਸਟ ਮੈਨ। ਕਿਹੜਾ ਬੰਦਾ ਕਹੂਗਾ ਵੀ ਮੈਨੂੰ ਨਹੀਂ ਪਤਾ ਜੀ, ਕਿਹੜਾ ਬੰਦਾ ਕਹੂਗਾ ਵੀ ਮੈਨੂੰ ਬਾਲਾਕੋਟ ਦਾ ਨਹੀਂ ਪਤਾ? ਬਟ ਇਟ ਹੈਜ਼ ਸੀਰੀਅਸ ਇੰਪਲੀਕੇਸ਼ਨ ਜਿਹਨਾਂ ਨੇ ਵੋਟਾਂ ਪਾਉਣੀਆਂ, ਬਿਕੋਜ਼ ਪਾਰਲੀਮੈਂਟ ਦੇ ਵਿੱਚ ਦੇਖੋ ਸਭ, ਤੁਹਾਡੇ ਨਾਲ ਕਮਲ ਸ਼ਰਮਾ ਜੀ ਨੂੰ MP ਇੱਕੋ ਹੀ ਜਾਊਗਾ। ਐਂ ਨਹੀਂ ਵੀ ਮੇਰੇ ਨਾਲ ਮੈਂ ਦੋ ਅਟੈਂਡੈਂਟ ਲੈ ਕੇ ਜਾਵਾਂ ਜਿਹੜੇ ਮੇਰੇ ਕੰਨ 'ਚ ਦੱਸ ਦੇਵੇ ਵੀ ਬਾਲਾਕੋਟ ਕੀ ਸੀਗਾ, ਵੀ ਇਸ 'ਤੇ ਡਿਸਕਸ਼ਨ ਹੋ ਰਹੀ ਹੈ, ਬਾਰਡਰ ਦੀ ਗੱਲ ਆ ਗਈ, ਅਤੇ ਕੋਈ ਬਰਾਬਰ ਕੰਨ 'ਚ ਫੂਕ ਮਾਰਨ ਵਾਲਾ ਅੰਦਰ ਜਾਣ ਨਹੀਂ ਦਿੰਦੇ, ਆਹ ਪ੍ਰੋਬਲਮ ਹੈ। ਇਸ ਕਰਕੇ ਮੈਂ ਕਿਹਾ ਵੀ ਆਪਾਂ ਬੈਠ ਕੇ, ਜਦੋਂ ਆਏ ਸੀ ਮੈਂ ਕਿਹਾ ਜੀ ਆਓ ਆਪਾਂ ਬੈਠ ਕੇ, ਵਿਚਾਰਧਾਰਾਂ ਦੀ ਲੜਾਈ, ਬਿਲਕੁਲ ਸਾਹਿਬ, ਇਸ ਇਸ਼ੂ ਬੇਇਸ਼ੂ ਬੇਸਡ ਹੈ ਅਤੇ ਉਹ ਨਵੇਂ ਆਏ ਹੈ, ਅੱਛੀ ਗੱਲ ਹੈ, ਕੋਈ ਨਵੇਂ ਸੋਚ ਲੈ ਕੇ ਆਏ ਹੈ। ਅਤੇ ਮੈਂ ਕਿਹਾ ਸੀ ਚਾਹੇ ਪੇ ਚਰਚਾ, ਮੈਂ ਨਾ ਤਾਂ ਬਹਿਸ ਦੀ ਗੱਲ ਕੀਤੀ, ਚਰਚਾ ਦੀ ਗੱਲ ਕੀਤੀ। ਉਹਨਾਂ ਦੇ ਨਾਲ ਵਾਲਿਆਂ ਨੇ ਕਹਿੰਦੇ ਜੀ ਸੁਨੀਲ ਤੁਹਾਡੇ ਦੇ ਚਿੱਕੜ ਸਿੱਟੀ ਜਾਂਦਾ। ਆਈ ਥਿੰਕ ਮੋਦੀ ਸਾਹਿਬ ਵਾਲਾ ਐਟੀਚਿਊਡ ਹੈ, ਮੋਦੀ ਸਾਹਿਬ ਨੂੰ ਕੋਈ ਵੀ ਗੱਲ ਕਹਿ ਦੇ ਉਹ ਨਾਰਾਜ਼ ਹੋ ਜਾਂਦੇ ਹੈ, ਨਰਾਜ਼ਗੀ ਦੇ ਚੱਲਦੇ ਉਹਨਾਂ ਨੇ ਸਾਰੇ ਸਮੇਟ ਤੇ ਜਿਸ ਕਿਸੇ ਨੇ ਵੀ ਆਵਾਜ਼ ਕੱਢੀ। ਸਨੀ ਦਿਓਲ ਨੂੰ ਪਾਸੇ ਕਰਕੇ ਮੋਦੀ ਸਾਹਿਬ ਦਾ ਡਰ ਮੇਰਾ ਦੇਖੋ, ਸਨੀ ਦਿਓਲ ਜੀ ਇੱਕ ਦੇਖੋ ਧਰਮਿੰਦਰ ਜੀ ਦਾ ਆਪਦਾ ਬਿਆਨ ਹੈ, ਨਹੀਂ ਕਿਹਾ ਉਹਨਾਂ ਨੇ, ਉਹਨਾਂ ਨੂੰ ਮੈਂ ਕੋਟ ਕਰ ਰਿਹਾ, ਕੋਟ ਅਨ ਕੋਟ ਹੀ ਸੇਜ਼ ਵੀ ਜੇਕਰ ਮੈਨੂੰ ਪਤਾ ਹੁੰਦਾ ਵੀ ਇੱਥੋਂ ਬਲਰਾਮ ਜਾਖੜ ਜੀ ਦਾ ਬੇਟਾ ਸੁਨੀਲ ਜਾਖੜ ਲੜ ਰਿਹਾ ਤਾਂ ਮੈਂ ਸਨੀ ਨੂੰ ਇੱਥੇ ਨਹੀਂ ਆਉਣ ਦਿੰਦਾ। ਦੈਟ ਮੀਨਸ ਵੀ ਉਹਨਾਂ ਨੂੰ ਨਹੀਂ ਦੱਸਿਆ ਮੋਦੀ ਸਾਹਿਬ ਨੇ ਕਿੱਥੇ ਭੇਜਣ ਲੱਗੇ, ਮੋਦੀ ਸਾਹਿਬ ਨੇ ਉਹਨਾਂ ਨੂੰ ਬੇਵਕੂਫ ਬਣਾਇਆ। ਇੱਕ ਭੋਲੇ ਭਾਲੇ ਇਨਸਾਨ ਨੂੰ, ਇੱਕ ਭੋਲੇ ਭਾਲੇ ਪਰਿਵਾਰ ਨੂੰ ਮੋਦੀ ਸਾਹਿਬ ਨੇ ਤੋਰਤਾ ਵੀ ਜਾ ਕੇ, ਜਿਵੇਂ ਅਰੁਣ ਜੇਟਲੀ ਜੀ ਨਹੀਂ ਭੇਜਿਆ ਸੀਗਾ ਵੀ ਜੇਟਲੀ ਸਾਹਿਬ ਅੰਮ੍ਰਿਤਸਰ ਜਾ ਕੇ ਨੋਮੀਨੇਸ਼ਨ ਭਰਿਆ, ਉਹ ਤੇ ਜਿੱਤ ਕੇ ਆ ਵਾਪਿਸ ਆ ਜਾਓਗੇ, ਉਹ ਕਰਵਾਤਾ। ਇਸੇ ਤਰ੍ਹਾਂ ਮੋਦੀ ਸਾਹਿਬ ਨੇ ਕੱਲਮ ਕੱਲਾ 543 ਸੀਟਾਂ ਜਾਂ ਜਿੰਨੀਆਂ 'ਤੇ ਹੈ ਉਹ ਇਲੈਕਸ਼ਨ ਹੋਣੀ ਹੈ, ਜਿੰਨੀਆਂ ਟਿਕਟਾਂ BJP ਨੇ ਵੰਡੀਆਂ, ਮੈਨੂੰ ਇੱਕ ਕੈਂਡੀਡੇਟ ਦੱਸ ਦਿਓ ਜਿਹਨੂੰ ਮੋਦੀ ਸਾਹਿਬ ਨੇ ਪਰਸਨਲੀ ਬੁਲਾ ਕੇ ਥਾਪੀ ਦੇ ਕੇ ਭੇਜਿਆ ਹੋਵੇ, ਕਿਸੇ ਨੂੰ ਵੀ ਪਰਸਨਲ ਆਡੀਅੰਸ ਨਹੀਂ ਦਿੱਤੀ, ਸਿਰਫ ਅਤੇ ਸਿਰਫ ਸਨੀ ਦਿਓਲ ਨੂੰ ਘਰੇ ਬੁਲਾ ਕੇ ਥਾਪੀ ਦੇ ਕੇ ਟਵੀਟ ਕਰਕੇ ਫੋਟੋ ਲਾ ਕੇ ਭੇਜਿਆ, ਉਦੋਂ ਦੱਸ ਦਿੰਦੇ ਵੀ ਸਨੀ ਤੁਸੀਂ ਜਾ ਰਹੇ ਹੋ ਸੁਨੀਲ ਜਾਖੜ ਦੀ ਆਪਾਂ ਜਾ ਕੇ, ਉਹ ਬੋਲਦਾ ਬਹੁਤ ਹੈ ਪਾਰਲੀਮੈਂਟ 'ਚ, ਰਫਾਲ ਦੇ ਜਹਾਜ਼ ਉਡਾਈ ਜਾਂਦਾ ਹੈ, ਕਿਸਾਨਾਂ ਦੀ ਗੱਲ ਕਰਦਾ ਹੈ, ਉਹਦੀ ਆਪਾਂ ਜ਼ਬਾਨ ਬੰਦ ਕਰਨੀ ਹੈ, ਕਹਿ ਦਿੰਦੇ ਉਹਨਾਂ ਨੂੰ, ਕਿਉਂ ਨਹੀਂ ਦੱਸਿਆ? ਮੈਂ ਤਾਂ ਨਹੀਂ ਕਹਿ ਰਿਹਾ, ਧਰਮਿੰਦਰ ਜੀ ਕਹਿ ਰਹੇ ਕੀ, ਮੈਂ ਫਿਰ ਧਰਮਿੰਦਰ ਜੀ ਨਾਲ ਲੜਾਂ ਜਾਂ ਮੈਂ ਉਹਨਾਂ ਨਾਲ ਲੜਾਂ ਨਰਿੰਦਰ ਮੋਦੀ ਮੋਦੀ ਜੀ ਨਾਲ? ਸੋਚ ਦੀ ਲੜਾਈ ਹੈ ਜੀ, ਮੇਰੀ ਤਾਂ ਵੱਟ ਮੋਦੀ ਸਾਹਿਬ ਨਾਲ ਵੀ ਨਹੀਂ ਮੇਰੀ ਸਾਂਝੀ, ਮੈਨੂੰ ਲੋਕਾਂ ਨੇ, ਗੁਰਦਾਸਪੁਰ ਦੇ ਲੋਕਾਂ ਨੇ ਆਪਣੀ ਆਵਾਜ਼ ਬਣਾ ਕੇ ਭੇਜਿਆ, ਮੈਂ ਉਸ ਆਵਾਜ਼ ਉਠਾ ਰਿਹਾ, ਮੇਰੀ ਮੇਰਾ ਧਰਮ ਹੈ, ਮੇਰਾ ਫਰਜ਼ ਹੈ, ਮੈਂ ਉਠਾਉਣਾ। ਲੋਕਾਂ ਨੂੰ ਨਹੀਂ ਜਚੂਗਾ ਵੀ ਉਹਨਾਂ ਨੂੰ ਕੋਈ ਅਜਿਹੀ ਸ਼ਖਸੀਅਤ ਚਾਹੀਦੀ ਹੈ ਜਿਹੜਾ ਜਾ ਕੇ ਕਹੇ ਫੱਟੇ ਚੱਕ ਦੇਂਗੇ, ਤਾਂ ਦੇ ਆਰ ਵੈਲਕਮ ਫਾਰ ਦੈਟ। ਜਾਖੜ ਸਾਹਿਬ, ਇੱਕ ਪਠਾਨਕੋਟ ਹੋਆ ਸੁਜਾਨਪੁਰ ਜੀ, ਇਹ ਤੁਹਾਡੇ ਮੁਸ਼ਕਲ ਹਲਕੇ ਹੈ, ਕਿਉਂ ਦੱਸੋ ਕਿਉਂ?
ਕਿਉਂਕਿ ਉੱਥੇ ਹਾਲਾਤ ਇਹੋ ਜਿਹੇ ਆ ਕਹਿੰਦੇ ਜੀ ਜਾਖੜ ਸਾਹਿਬ ਲਈ ਸੁਖਾਵੇਂ ਨਹੀਂ ਹੈ ਕਿਵੇਂ ਮੈਂ ਨਹੀਂ ਸਮਝਦਾ ਕਿਵੇਂ ਇਹ ਦਾਵਾ ਕਰਦੀ ਹੈ ਕਿ ਦੇਖੋ ਮੈਂ ਹਲਕਿਆਂ ਚੋਂ ਮੈਂ ਲੌਜੀਕਲੀ ਗੱਲ ਹਲਕਿਆਂ ਚੋਂ ਕਹਿੰਦੇ ਜਾਖੜ ਸਾਹਿਬ ਅਸੀਂ ਚੰਗੀ ਤਰ੍ਹਾਂ ਹਰਾਵਾਂਗੇ ਤਾਂ ਹੀ ਕਹਿੰਦੇ ਪ੍ਰਿੰਕਾ ਗਾਂਧੀ ਨੂੰ ਉੱਥੇ ਲੈ ਕੇ ਆਏ ਕਿਤੇ ਤਾਂ ਆਉਣਾ ਹੀ ਸੀ ਪ੍ਰਿੰਕਾ ਜੀ ਨੇ ਤੁਸੀਂ ਜੇ ਅਮਿਤ ਸ਼ਾਹ ਜੀ ਕਿਉਂ ਆਏ ਜੇ ਇੰਨੇ ਇਹਨਾਂ ਵਾਸਤੇ ਸੁਖਾਵੇਂ ਸੀਗੇ ਤੇ ਨੈਸ਼ਨਲ ਪ੍ਰੈਜੀਡੈਂਟ ਨੂੰ ਉੱਥੇ ਲੈ ਕੇ ਆਉਣ ਦੀ ਕਿੱਡੀ ਲੋੜ ਸੀ ਇਹਨਾਂ ਨੂੰ ਮੈਂ ਦੱਸਦਾ ਕਿਉਂ ਕਿਉਂਕਿ ਇਹ ਮੰਨਦੇ ਹੈ ਵੀ ਪਠਾਨਕੋਟ ਜਿਹੜੀ ਹੈ RSS ਦੀ ਨਰਸਰੀ ਹੈ ਲੀਡਰਸ਼ਿਪ ਦੀ ਤੇ ਲੀਡਰਸ਼ਿਪ ਦਾ ਦਿਵਾਲਾ ਤਾਂ ਮੋਦੀ ਸਾਹਿਬ ਨੇ ਉਦੋਂ ਹੀ ਕੱਢਤਾ ਜਿਸ ਦਿਨ ਸਨੀ ਦਿਓਲ ਨੂੰ ਭੇਜਤਾ ਲੋਕਾਂ ਨੂੰ ਇੱਦਾਂ ਹੀ ਆਹ ਵੇਚਦੇ ਰਹੇ ਵੀ ਹਿੰਦੁਸਤਾਨ 'ਚ ਮੋਦੀ ਨਾਮ ਦੀ ਹਨੇਰੀ ਆਈ ਪਈ ਹੈ ਤੇ ਪਤਾ ਉਦੋਂ ਲੱਗਿਆ ਵੀ ਮੋਦੀ ਸਾਹਿਬ ਤਾਂ ਆਪ ਸਨੀ ਦਿਓਲ ਦਾ ਪੱਲੂ ਫੜੀ ਫਿਰਦੇ ਕੀ ਲੋੜ ਪਈ ਸਾਹਿਬ ਇੱਥੇ ਅਸ਼ਵਨੀ ਸ਼ਰਮਾ ਜੀ ਬੜੇ ਤਗੜੇ ਲੀਡਰ ਇਹਨਾਂ ਦੇ ਇਹਨਾਂ ਦੇ BJP ਦੇ ਪ੍ਰਧਾਨ ਰਹੇ ਹੈ ਮਾਸਟਰ ਮੋਹਨ ਲਾਲ ਜੀ ਦਾ ਨਾਮ ਚੱਲਦਾ ਇੱਥੇ ਇਹਨਾਂ ਦੇ ਸਵਰਨ ਸਲਾਰੀਆ ਜੀ ਇੱਥੇ ਐਡੀ ਤਗੜੀ ਲੜਾਈ ਕਰਕੇ ਗਏ ਕਵਿਤਾ ਖੰਨਾ ਜੀ ਦੇ ਵਾਸਤੇ ਇੱਥੇ 3 ਜਨਵਰੀ ਨੂੰ ਪ੍ਰਧਾਨ ਮੰਤਰੀ ਆਏ ਸੀ ਗੁਰਦਾਸਪੁਰ ਬੜੇ ਗੁਣਗਾਣ ਕਰਕੇ ਗਏ ਵਿਨੋਦ ਖੰਨਾ ਜੀ ਦੀ ਗੱਲ ਤੈਅ ਹੋਈ ਉਸ ਦਿਨ ਵੀ ਅੱਜ ਦੇਣਗੇ ਨਰਿੰਦਰ ਪਰਮਾਰ ਇਹਨਾਂ ਦੇ RSS ਦੇ ਉਹ ਰਹੇ ਆ ਸੰਚਾਲਕ ਸ਼ੁਰੂ ਤੋਂ ਹੁਣ ਤਾਂ ਹੀ ਮੇਰੇ ਖਿਆਲ ਅੰਦਰ ਤਾਂ ਹੀ ਖਾਕੀ ਹੋ ਗਏ ਹੁਣੇ ਨਾਮ ਤਾਂ ਬੜੇ ਸੀਗੇ ਫਿਰ ਸਾਰਿਆਂ ਦੇ ਪੂੰਜਾ ਫੇਰ ਕੇ ਉੱਥੋਂ ਲਿਆਏ ਜੇ ਇੰਨਾ ਹੀ ਸੁਖਾਵਾਂ ਹੁੰਦਾ ਨਾ KP ਜੀ ਫਿਰ ਉੱਥੋਂ ਲੈ ਕੇ ਆਉਣ ਦੀ ਲੋੜ ਨਹੀਂ ਸੀ ਪੈਣੀ ਹੈ ਬਥੇਰੇ ਬੈਠੇ ਹੈ ਇਸ ਤਾਂ ਇਹਨਾਂ ਨਾਲ ਸਵਾਦ ਆ ਜਾਂਦਾ ਜੇ ਬੈਠਦੇ ਫਿਰ ਮੈਂ ਖੁੱਲ੍ਹ ਕੇ ਆਹਮਣੇ ਸਾਹਮਣੇ ਗੱਲ ਕਰਦਾ ਕਹਿੰਦੇ ਜੇ ਇੱਦਾਂ ਹੀ ਕਰਨਾ ਸੀ ਫਿਰ ਬਾਜਵਾ ਸਾਹਿਬ ਲੜਦੇ ਜਾਖੜ ਸਾਹਿਬ ਜੋ ਬਾਜਵਾ ਸਾਹਿਬ ਹੁਣ ਦੋ MP ਕਿਵੇਂ ਬਣਨਗੇ ਸਾਹਿਬ ਕਹਿੰਦੇ ਵੀ ਹੈ ਮੈਂਬਰ ਆਫ ਰਾਜ ਸਭਾ ਉਸ ਪਰਿਵਾਰ ਚੋਂ ਕਹਿੰਦੇ ਕੋਈ ਆ ਜਾਂਦਾ ਸਭ ਇੱਕ ਪਾਸੇ ਤਾਂ ਕਹਿੰਦੇ ਆ ਵੀ ਪਰਿਵਾਰਵਾਦ ਤੋੜੀ ਜਾਂਦੇ ਆ ਤੋਂ ਇਹ ਵੀ ਗੱਲ ਕਰ ਲਓ ਪਰਿਵਾਰਵਾਦ ਦੀ ਗੱਲ ਕਰ ਲਓ ਪਰਿਵਾਰਵਾਦ ਕਦੇ ਇੱਥੇ ਲਾਗੂ ਹੁੰਦਾ ਹੈਗੇ ਇਕੱਲਾ ਕਾਂਗਰਸ ਤੇ ਇਹਨਾਂ ਦੇ ਵਿੱਚ ਵੀ ਦੇਖ ਲਓ ਧਰਮਿੰਦਰ ਜੀ ਰਹੇ ਆਪਣੇ ਹੋਰ ਇਹਨਾਂ ਦੇ ਹੋਰ ਰਹੇ ਤੇ ਆ ਤੀਜੇ ਨਹੀਂ ਉਹ ਵੀ ਹੈ ਤੇ ਤੀਜੇ ਇਹ ਹੋਈ ਜਾਂਦੇ ਪਰਿਵਾਰਵਾਦ ਤਾਂ ਇੱਥੇ ਹੈ ਇਹਨਾਂ ਨੂੰ ਛੱਡੋ ਮੈਂ ਮੋਦੀ ਜੀ ਗੱਲ ਹੀ ਮੰਨ ਲੈਂਦਾ ਮੋਦੀ ਸਾਹਿਬ ਜੋ ਕਹਿੰਦੇ ਹੈ ਮੋਦੀ ਸਾਹਿਬ ਨੇ ਕਿਹਾ ਕਹਿੰਦਾ ਕਾਂਗਰਸ ਵਾਲੇ ਨਾਮਦਾਰ ਨੂੰ ਲੈ ਕੇ ਆਉਂਦੇ ਹੈ ਤੇ ਮੈਂ ਕਾਮਦਾਰ ਦੀ ਗੱਲ ਕਰਦਾ ਮੈਂ ਲੋਕਾਂ ਨੂੰ ਆਹੀ ਕਹਿੰਦਾ ਨਹੀਂ ਮੈਂ ਦੋਨਾਂ 'ਚ ਸਨੀ ਦਿਓਲ ਅਤੇ ਸੁਨੀਲ ਜਾਖੜ 'ਚ ਜਿਹੜਾ ਕਾਮਦਾਰ ਹੈ ਨਾਮਦਾਰ ਹੈ ਉਹਨੂੰ ਦੇਖ ਕੇ ਕਾਮਦਾਰ ਨੂੰ ਵੋਟ ਪਾ ਦਿਓ ਨਹੀਂ ਕੌਣ ਕਾਮਦਾਰ ਕੌਣ ਸਰ ਨਹੀਂ ਮਜ਼ਾਕ ਨਹੀਂ ਸਰ ਬੜਾ ਸੀਰੀਅਸ ਮਸਲੇ ਹੈ ਲੋਕਾਂ ਦਾ ਭਵਿੱਖ ਹੈ ਬੱਚਿਆਂ ਨੂੰ ਰੁਜ਼ਗਾਰ ਚਾਹੀਦੇ ਮੈਂ ਬੱਚਿਆਂ ਨੂੰ ਜਾ ਕੇ ਆਈ ਕਹਿੰਦਾ ਮੈਂ ਕਹਿੰਦਾ ਸਾਹਿਬ ਫੋਟੋ ਕਰਾ ਲਓ ਸੈਲਫੀ ਕਰਾ ਲਓ ਜੇ ਸੈਲਫੀ ਨਾਲ ਤੁਹਾਡਾ ਪੇਟ ਭਰਦਾ ਸੈਲਫੀ ਨਾਲ ਨੌਕਰੀਆਂ ਮਿਲਦੀਆਂ ਬਿਲਕੁਲ ਸਨੀ ਦਿਓਲ ਨੂੰ ਦਿਓ ਪਰ ਜੇ ਫੈਕਟਰੀ ਲਵਾ ਕੇ ਨੌਕਰੀਆਂ ਲੈਣੀਆਂ ਤਾਂ ਫਿਰ ਸੁਨੀਲ ਜਾਖੜ ਨੂੰ ਕੰਸੀਡਰ ਕਿਉਂ ਸੁਨੀਲ ਜਾਖੜ ਨੂੰ ਤਜਰਬਾ ਹੈ ਉਹਨਾਂ ਨੂੰ ਉਹ ਫਿਲਮ ਬਣਾਉਂਦੇ ਹੈ ਫੋਟੋ ਖਿਚਾਉਂਦੇ ਹੈ ਬਹੁਤ ਅੱਛਾ ਚਿਹਰਾ ਹੈ ਸੁਨੱਖੇ ਹੈ ਬਹੁਤ ਅੱਛੇ ਹੈ ਫੋਟੋ ਖਿਚਾਉਣ ਨੂੰ ਬਟ ਪੇਟ ਆਪਣੇ ਪੈਰਾਂ 'ਤੇ ਖੜ੍ਹੇ ਹੋ ਕੇ ਅਣਖੀ ਬੰਦੇ ਆਪਣੇ ਕਿਸੇ ਦੀ ਮੂੰਹ ਕਨੀ ਨਹੀਂ ਦੇਖਦੇ ਉਹ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਮੇਰਾ ਹੀ ਸੁਪਨਾ ਹੈ ਮੈਂ ਇੱਕੋ ਹੀ ਗੱਲ ਕਹੀ ਹੈ 5,000 ਨੌਕਰੀਆਂ ਦਾ ਪ੍ਰਬੰਧ 14 ਮਹੀਨਿਆਂ 'ਚ ਕੀਤਾ 16 ਮਹੀਨਿਆਂ 'ਚ ਜੇ ਮੌਕਾ ਦੇ ਦੇਣਗੇ 25,000 ਨੌਕਰੀਆਂ ਇਹਨਾਂ 5 ਸਾਲਾਂ 'ਚ ਗੁਰਦਾਸਪੁਰ ਪਾਰਲੀਮੈਂਟ ਦੇ ਹਲਕੇ 'ਚ ਖੜੀ ਕਰਕੇ ਦੇਊਂਗਾ ਆਹ ਮੇਰਾ ਟੀਚਾ ਹੈ ਮੇਰੀ ਅੱਖ ਹੈ ਧਾਰੀਵਾਲ ਬੋਲਣ ਵਾਸਤੇ ਮੇਰਾ ਬੇਰੁਜ਼ਗਾਰੀ ਮੇਨ ਹੈ ਬਾਕੀ ਦੇ ਮੁੱਦੇ ਤਾਂ ਮੈਂ ਜੇ ਪੁਲ ਬਣਾਉਣ ਵਾਲੇ ਪਏ ਹੈ ਕਾਲਜ ਖੜੇ ਕਰਨ ਵਾਲੇ ਪਏ ਹੈ ਪਠਾਨਕੋਟ ਦਾ ਐਲੀਵੇਟਿਡ ਰੇਲਵੇ ਟਰੈਕ ਦਾ ਮੁੱਦਾ ਹੈ ਮੁੱਦੇ ਤਾਂ ਬਹੁਤ ਹੈ ਸਾਹਿਬ ਬਟ ਦਿਸ ਇਜ਼ ਦਾ ਮੇਨ ਫੋਕਸ ਥ੍ਰਸਟਿੰਗ ਸਾਹਿਬ ਤੁਸੀਂ ਆਹ ਬੜੀ ਗੱਲ ਛੇੜ ਲਈ ਤੁਸੀਂ ਉਹਨਾਂ ਨੇ ਕਹਿ ਤਾ ਮੈਨੂੰ ਤਜਰਬਾ ਨਹੀਂ ਮੈਂ ਕਹਿੰਦਾ ਤੁਸੀਂ ਪੰਜਾਬ 'ਚ ਦੇਖ ਕੇ ਦੱਸੋ ਪਿਛਲੇ 50 ਸਾਲਾਂ 'ਚ ਆਜ਼ਾਦੀ ਦੇ ਬਾਅਦ ਨਵੀਆਂ ਰੇਲਵੇ ਕਿਹੜੀ ਟਰੈਕ ਪਈ ਹੈ ਦੱਸੋ ਕੋਈ ਜੇ ਆਹ ਛੱਡ ਦਿਓ ਤੁਸੀਂ ਚੰਡੀਗੜ੍ਹ ਵਾਲੀ ਲਾਈਨ ਇੱਕ ਦੂਜੀ ਲਾਈਨ ਜਿਹੜੀ ਪਈ ਹੈ ਅਬੋਹਰ ਫਾਜ਼ਿਲਕਾ ਇੱਕ ਜਿਹੜਾ 25 ਜਾਂ 28 ਕਿਲੋਮੀਟਰ ਦਾ ਉਹ ਅਸੀਂ ਕਰਵਾ ਕੇ ਦਿੱਤਾ ਸਾਹਿਬ ਸਾਨੂੰ ਪਤਾ ਹੈ ਰੇਲਵੇ ਟਰੈਕ ਕਿਵੇਂ ਬਣਦੇ ਹੈ ਕਾਗਜ਼ਾਂ 'ਚ ਦਾ ਬਿਆਸ ਜਿਹੜਾ ਸੀਗਾ ਕਾਦੀਆਂ ਲਿੰਕ ਬਹੁਤ ਸਮੇਂ ਦਾ ਪਿਆ ਅਸੀਂ ਕਰਵਾ ਕੇ ਦਿਆਂਗੇ ਪਰ ਸਮਾਂ ਚਾਹੀਦਾ ਐਵੇਂ ਹਰੇਕ ਕੰਮ ਇੰਡਸਟਰੀ ਨੂੰ ਵੀ ਫਾਇਦਾ ਹੋਊਗਾ ਸਾਰਿਆਂ ਨੂੰ ਫਾਇਦਾ ਹੋਊਗਾ ਸਾਹਿਬ ਮੇਰਾ ਫਾਇਦਾ ਉੱਥੇ ਵੀ ਹੋਊਗਾ ਮੇਰਾ ਤਾਂ ਇੱਕ ਆਹ ਵੀ ਹੈ ਵੀ ਜਿਹੜਾ ਤਾਂ ਵੱਡੇ ਪ੍ਰੋਜੈਕਟ ਹੈ ਕਈ ਛੋਟੇ ਪ੍ਰੋਜੈਕਟ ਹੈ ਵਿਚਾਰ ਕੋਲ ਸੋ ਕਾਲਡ ਲੋਅ ਹੈਂਗਿੰਗ ਫਰੂਟਸ ਲੋਅ ਹੈਂਗਿੰਗ ਫਰੂਟ ਸਾਡੇ ਹੈ ਵੀ ਸਾਨੂੰ ਪਠਾਨਕੋਟ ਤੋਂ ਇੱਕ ਸਿੱਧੀ ਟ੍ਰੇਨ ਸਵੇਰੇ ਜਾਵੇ ਆਥਣੇ ਮੁੜ ਕੇ ਆਵੇ ਜਲੰਧਰ ਲੁਧਿਆਣਾ ਹੋ ਕੇ ਚੰਡੀਗੜ੍ਹ ਜਾਵੇ ਸਾਡਾ ਸਾਰੀ ਟ੍ਰੇਡਿੰਗ ਕਮਿਊਨਿਟੀ ਜਿਹੜੀ ਹੈ ਪਠਾਨਕੋਟ ਦੀ ਇੱਥੋਂ ਹਿਮਾਚਲ ਪ੍ਰਦੇਸ਼ ਨੂੰ ਸਪਲਾਈ ਕਰਦੀ ਹੈ ਇੱਥੋਂ ਜੰਮੂ ਕਸ਼ਮੀਰ ਨੂੰ ਸਪਲਾਈ ਜਾਂਦੀ ਹੈ ਸਵੇਰੇ ਜਾਣਾ ਆਥਣੇ ਵਾਪਸ ਆ ਜਾਣ ਮੇਰਾ ਉਹ ਵੀ ਹੈ ਅਸੀਂ ਉਹ ਵੀ ਇਸ਼ੂਸ ਤਾਂ ਤੁਹਾਡੇ ਧਿਆਨ ਵਿੱਚ ਹੈਗੇ ਆ ਬਟਾਲਾ ਦੀ ਇੰਡਸਟਰੀ ਦੀ ਆਪਾਂ ਗੱਲ ਕਰ ਰਹੇ ਸੀਗੇ ਧਾਰੀਵਾਲ ਦੀ ਇੰਡਸਟਰੀ ਦੀ ਆਪਾਂ ਗੱਲ ਕਰ ਰਹੇ ਸੀਗੇ ਉਹਨਾਂ ਦੇ ਰਿਵਾਈਵਲ ਲਈ ਵੀ ਬਿਲਕੁਲ ਸਾਹਿਬ ਬਿਲਕੁਲ ਮੈਂ ਤਾਂ ਪੂਰਾ ਏਜੰਡਾ ਬਣਾਈ ਬੈਠਾ ਪਰ ਏਜੰਡਾ ਵਿਦਆਊਟ ਪੀਪਲ ਸਪੋਰਟ ਵਿਲ ਨਾਟ ਮਟੀਰੀਅਲਾਈਜ਼ ਜੇ ਤੁਸੀਂ ਕਲਾਨੌਰ ਦੀ ਗੱਲ ਕਰਤੀ 1,000 ਏਕੜ ਯਾਦ ਕਰੋ ਟਾਟਾ ਦੀ ਨੈਨੋ ਕਾਰ ਆਈ ਸੀ ਪਹਿਲਾਂ ਬੰਗਾਲ ਲੰਘਣ ਲੱਗੀ ਫਿਰ ਉੱਥੋਂ ਕਿਉਂ ਭਜਾਇਆ ਕਿਉਂਕਿ ਜ਼ਮੀਨ ਨਹੀਂ ਸੀ ਦਿੰਦੇ ਵੀ ਉੱਥੇ ਫਾਰਮਰਸ ਨੇ ਰੌਲਾ ਪਾ ਲਿਆ ਵੀ ਨਹੀਂ ਲੈਣ ਦਿੰਦੇ ਸਿੰਗੂਰ 'ਚ ਲੱਗ ਰਹੀ ਸੀਗੀ ਫਿਰ ਕਿੱਥੇ ਗਈ
ਗੁਜਰਾਤ ਗਈ ਫੈਕਟਰੀ, ਕਿਉਂਕਿ ਮੋਦੀ ਨੇ ਉੱਥੋਂ ਮੋਦੀ ਸਾਹਿਬ ਉਦੋਂ ਸੀਗੇ ਇਹਦੇ ਚੀਫ ਮਿਨਿਸਟਰ, ਉਹਨਾਂ ਨੇ ਕਿਹਾ ਮੈਂ ਜਗ੍ਹਾ ਦੇ ਦਿੰਦਾ। ਜਗ੍ਹਾ ਅੱਜ ਕੱਲ੍ਹ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਸਾਹਿਬ, ਇਕੱਠਾ ਕੰਸੋਲੀਡੇਟਿਡ ਚੰਕ ਆਫ ਲੈਂਡ ਇਜ਼ ਅ ਮੇਜਰ ਇਸ਼ੂ। ਹਜ਼ਾਰ ਏਕੜ ਦਾ ਇੱਥੇ ਆ ਕੇ ਅਸੀਂ ਸਾਡੇ ਕੋਲ ਜਗ੍ਹਾ ਪਈ ਹੈ। ਰੇਲਵੇ ਕੋਚ ਫੈਕਟਰੀ ਬਣਦੀ ਹੈ, ਡੱਬਾ ਜਿਹੜਾ ਬਣ ਜਾਂਦਾ ਪਹੀਏ ਨਹੀਂ ਲੱਗਦੇ, ਉਹ ਉੱਥੇ ਜਾਂਦੀ ਹੈ ਕੈਲਕਟਾ, ਉੱਥੋਂ ਲੱਗ ਕੇ ਉਹਦੇ ਬਾਅਦ ਮੇਰਾ ਸੁਪਨਾ ਹੈ ਵੀ ਰਾਹੁਲ ਗਾਂਧੀ ਜੀ ਪ੍ਰਧਾਨ ਮੰਤਰੀ ਬਣਨ। ਉਹਨਾਂ ਨੂੰ ਕਹਿ ਕੇ ਪਹਿਲਾਂ ਰਾਜੀਵ ਗਾਂਧੀ ਨੇ ਰੇਲਵੇ ਕੋਚ ਫੈਕਟਰੀ ਕਪੂਰਥਲਾ ਦਿੱਤੀ ਸੀ, ਵੀਲ ਐਂਡ ਐਕਸਲ ਫੈਕਟਰੀ ਕਲਾਨੌਰ ਚਲਵਾਵਾਂਗੇ ਤਾਂ ਕਿ ਬਟਾਲਾ ਇੰਡਸਟਰੀ ਵਿਲ ਬੀ ਦਾ ਐਨਸਿਲਰੀ ਹੱਬ, ਫਾਊਂਡਰੀ ਦਾ ਕੰਮ ਹੈ, ਲੇਥ ਹੈ, ਉਹ ਸਾਰੇ ਕੰਮ ਨਾਲ ਦੀ ਨਾਲ ਉਹਨਾਂ ਦਾ ਵੀ ਬੇੜਾ ਤਰਜੂਗਾ, ਬੱਚਿਆਂ ਨੂੰ ਰੁਜ਼ਗਾਰ ਮਿਲ ਜੂਗਾ ਅਤੇ ਰੇਲਵੇ ਨੂੰ ਦੇ ਸਾਈਨਰਜੀ ਜਿਹੜੀ ਹੈ ਇੱਥੋਂ ਲੈ ਕੇ ਜਾਂਦੇ ਉੱਥੇ ਕਰਦੇ ਇੱਥੇ ਤੋਰ ਕੇ ਉਹ ਪਾ ਕੇ ਲਾਈਨ 'ਤੇ ਤੋਰਦੇ ਹਾਂ। ਇੱਕ ਹੋਰ ਖਦਸ਼ਾ ਜਤਾਇਆ ਜਾ ਰਿਹਾ ਕਿ ਜਿਹੜੀ ਕਲਾਨੌਰ ਵਾਲੀ ਜ਼ਮੀਨ ਦੀ ਤੁਸੀਂ ਗੱਲ ਕਰਦੇ ਪਏ ਹੋ ਉਹਦੀ NOC ਦੇ ਵਿੱਚ ਬੜੀਆਂ ਦਿੱਕਤਾਂ ਹੋਣਗੀਆਂ। ਦੇਖੋ ਇੱਥੇ ਬਿਊਰੋਕਰੇਸੀ ਇੰਨੀ ਆ ਗਈ ਹੈ, ਮੈਂ ਉਹੀ ਤਾਂ ਕਹਿ ਰਿਹਾ ਵੀ ਫੈਕਟਰੀ 10 ਮਹੀਨੇ 'ਚ ਲਾ ਕੇ ਦਿਖਾਈ, ਇੱਥੇ ਵੀ NOC ਦੀ ਪ੍ਰੋਬਲਮ ਸੀ। ਇੱਥੇ ਉਹਨੇ ਇੱਕ ਪੰਚਾਇਤ ਵਾਲੇ ਬਲੈਕਮੇਲ ਕਰਨ ਨੂੰ ਖੜੇ ਸੀ ਵੀ ਅਸੀਂ ਫੈਕਟਰੀ ਬਣ ਨਹੀਂ ਦਿੰਦੇ, ਵੀ ਪਹਿਲਾਂ ਲਿਆਓਗੇ ਸਾਨੂੰ 1 ਕਰੋੜ ਰੁਪਇਆ ਦਿਖਾਓ ਫਿਰ ਇਸ 'ਚੋਂ ਅਸੀਂ ਕਰਨਾ। ਪ੍ਰੋਬਲਮਸ ਤਾਂ ਹੈਗੀਆਂ ਇਹਦੇ ਵਾਸਤੇ, ਫਿਰ ਸੁਨੀਲ ਜਾਖੜ ਸਾਹਿਬ ਜੇ ਪ੍ਰੋਬਲਮ ਨਾ ਹੋਵੇ ਤਾਂ ਹੁਣ ਤਾਂ ਲੱਗ ਜਾਣੀ ਸੀਗੀ, ਲੱਗੀ ਕਿਉਂ ਨਹੀਂ? ਹੋਰ ਕੀ ਹੈ ਸਾਡਾ, ਦੇਖੋ ਸਾਡਾ ਕੰਮ ਹੈ ਵੀ ਪ੍ਰੋਬਲਮ ਨੂੰ ਰਿਜ਼ੋਲਵ ਕਰਨਾ। ਇਫ ਐਵਰੀਥਿੰਗ ਵਾਸ ਰਨਿੰਗ ਸਮੂਥਲੀ ਦੇਰ ਵਾਸ ਨੋ ਨੀਡ ਫਾਰ ਯੂ ਔਰ ਮੀ। ਰਾਈਟ ਜਾਖੜ ਸਾਹਿਬ, ਇੱਕ ਮੈਂ ਕਦੇ ਵੀ ਧਰਮ ਦੇ ਆਧਾਰ ਤੇ ਵੰਡ ਕੇ ਨਹੀਂ ਦੇਖਣਾ ਚਾਹੁੰਦਾ ਗਾ, ਪਰ ਇੱਥੇ ਇੱਕ ਕ੍ਰਿਸਚਨ ਭਾਈਚਾਰਾ ਬਹੁਤ ਵੱਡਾ, ਉਹਨਾਂ ਦੀ ਗਿਣਤੀ ਹੈਗੀ ਹੈ, ਉਹਨਾਂ ਦੀਆਂ ਬੜੀਆਂ ਦਿੱਕਤਾਂ ਹੈਗੀਆਂ, ਉਹ ਹਿੰਦੁਸਤਾਨ ਚ ਅੱਜ ਬਹੁਤ ਵੱਡੀ ਸਮੱਸਿਆ ਹੈ। ਜਿਹੜੀ RSS ਦੀ ਸੋਚ ਹੈ, ਮੋਦੀ ਸਾਹਿਬ ਦੀ ਸੋਚ ਹੈ, ਜਿਹੜੇ ਕਹਿੰਦੇ ਆ ਜੋ ਨਾਮ ਲਵਾ ਯਾਰ ਰਹੇਗਾ ਬਾਕੀ ਸਭ ਜਾਏ ਪਾਕਿਸਤਾਨ ਜਾਏ ਜਾਂ ਕਬਰਿਸਤਾਨ ਜਾਏ, ਉਹ ਗੱਲਾਂ ਵੀ ਹੁੰਦੀਆਂ। ਸਾਨੂੰ ਵੀ ਪੰਜਾਬੀਆਂ ਨੂੰ ਵੀ ਉਹ ਘੱਟ ਗਿਣਤੀ 'ਚ ਗਿਣਦੇ ਆ, ਮੋਦੀ ਸਾਹਿਬ ਕੋਈ ਐਡਾ ਪਿਆਰ ਲਗਾਵ ਸਾਡੇ ਨਾਲ ਵੀ ਹੈ ਨਹੀਂ। ਮੈਂ ਹਰੇਕ ਨੂੰ ਕਹਿੰਦਾ ਵੀ ਦੇਖਿਓ ਕਿਤੇ ਸਿਰਫ ਤੁਸੀਂ ਈਸਾਈ ਭਾਈਚਾਰੇ ਨੂੰ ਦੇਖੀ ਜਾਂਦੇ ਹੋ ਜਾਂ ਮੁਸਲਿਮ ਭਾਈਚਾਰੇ ਨੂੰ ਦੇਖੀ ਜਾਂਦੇ ਹੋ, ਆਪਾਂ ਵੀ ਖਾਲਸਾ ਜੀ ਉਹ ਬਚ ਕੇ ਰਹੇ ਉਹਨਾਂ ਦੀ ਅੱਖ ਤੋਂ, ਨਹੀਂ ਤਾਂ ਇੱਦਾਂ ਹੀ ਸਾਡੇ ਇਹਦੇ ਵਾਸਤੇ ਪੈਸੇ ਨਹੀਂ ਦਿੱਤੇ। 550 ਸਾਲਾਂ ਅਸੀਂ ਪ੍ਰਕਾਸ਼ ਉਤਸਵ ਮਨਾਉਣ ਲੱਗੇ ਹਾਂ ਗੁਰੂ ਨਾਨਕ ਦੇਵ ਜੀ ਦਾ, ਕਿ ਦੀਵਾਨੀ ਨਹੀਂ ਦਿਖਾਈ ਇਹਨਾਂ ਨੇ ਮੋਦੀ ਸਾਹਿਬ ਨੇ, ਕਿਉਂ? ਪੰਜਾਬੀਆਂ 'ਚ ਬੂ ਆਉਂਦੀ ਇਹਨਾਂ ਨੂੰ। ਦੇਖੋ ਚਲੋ ਉਹ ਜੋ ਉਹ ਤਾਂ ਬਹੁਤ ਕੁਛ ਕਹਿੰਦੇ ਆ, ਉਹ ਤਾਂ ਆ ਵੀ ਗੁਰਤਾ ਗੱਦੀ ਦਿਵਸ ਮਨਾਇਆ ਸੀਗਾ 2008 'ਚ, ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀਗੇ, ਯਾਦ ਹੈ ਕਿੰਨੇ ਪੈਸੇ ਦਿੱਤੇ ਸੀ ਨੰਦੇੜ ਸਾਹਿਬ? 1100 ਕਰੋੜ ਰੁਪਏ। ਇੱਥੇ ਆਹ ਤਾਂ ਇਕੱਲੇ ਨੰਦੇੜ ਸਾਹਿਬ ਦਾ ਮਸਲਾ ਨਹੀਂ, ਆਹ ਤਾਂ ਇਕੱਲੇ ਇੱਥੇ ਆਪਣੇ ਸੁਲਤਾਨਪੁਰ ਲੋਧੀ ਦਾ ਮਸਲਾ ਨਹੀਂ, ਪੰਜਾਬ ਦਾ ਨਹੀਂ, ਆਹ ਤਾਂ ਪੂਰੀ ਦੁਨੀਆ 'ਚ ਮਨਾਇਆ ਜਾਣਾ ਬਾਬੇ ਦਾ ਐਡਾ ਵੱਡਾ 550 ਸਾਲਾਂ, ਅਤੇ ਮੋਦੀ ਸਾਹਿਬ ਗੱਲ ਹੀ ਨਹੀਂ ਕਰਦੇ। ਦੇਖੋ ਈਸਾਈ ਭਾਈਚਾਰੇ ਦੀ ਜਿਹੜੀ ਗੱਲ ਹੈ ਸਾਹਿਬ, ਅਸੀਂ ਉਹਨਾਂ ਦੀ ਕੈਪਟਨ ਸਾਹਿਬ ਦੀ ਸਰਕਾਰ ਆਲਰੇਡੀ ਅਸੀਂ ਕੰਮ ਕਰ ਰਹੇ ਹਾਂ ਉਹਨਾਂ ਦੇ, ਸਭ ਤੋਂ ਵੱਡੀ ਗੱਲ ਤਾਂ ਸਾਹਿਬ ਉਹਨਾਂ ਨੂੰ ਦਫਨਾਉਣ ਵਾਸਤੇ ਜਗ੍ਹਾ ਹੈ ਨਹੀਂ, ਉਹਨਾਂ ਨੂੰ ਆਪਣਾ ਹੋਂਦ 'ਚ ਸਭ ਅਗੇਨ ਮਿਜ਼ਰੀ ਪਾਵਰਟੀ ਪਾਵਰਟੀ ਐਲੀਵੇਸ਼ਨ ਇਜ਼ ਦਾ ਮੇਨ ਇਸ਼ੂ। ਉਹਨਾਂ ਨੂੰ ਨੌਕਰੀਆਂ ਦਵਾਈਏ ਸਾਹਿਬ, ਉਹਨਾਂ ਨੂੰ ਬੱਚਿਆਂ ਨੂੰ ਆਹ ਜਿਹੜਾ ਨਿਆਏ ਦੀ ਸਕੀਮ ਹੈ 6,000 ਰੁਪਈਏ ਮਹੀਨੇ ਜਾਣ ਲੱਗੇ, ਤੁਸੀਂ ਦੇਖਿਓ ਸਵੇਰੇ। ਬਿਲਕੁਲ ਕਰਾਂਗੇ ਸਾਹਿਬ, ਅਸੀਂ ਮੋਦੀ ਸਾਹਿਬ ਵਾਂਗੂ ਜੁਮਲੇ ਨਹੀਂ ਸਿੱਟਦੇ, ਅਸੀਂ ਡਾਕਟਰ ਮਨਮੋਹਨ ਸਿੰਘ ਨੇ ਘੋਖ ਕੇ ਸਾਰੀ ਗੱਲ ਉਹਦੇ ਬਾਅਦ, ਨਹੀਂ ਤਾਂ ਅਸੀਂ ਕਹਿ ਦਿੰਦੇ ਮੋਦੀ ਸਾਹਿਬ ਨੇ 15 ਲੱਖ ਕਿਹਾ ਸੀ, ਅਸੀਂ ਕਹਿੰਦੇ 25 ਲੱਖ ਪਾ ਦੇਵਾਂਗੇ, 5 ਸਾਲਾਂ ਬਾਅਦ ਮੁੱਕਰ ਜਾਂਦੇ। ਇੱਕ ਤੁਸੀਂ ਨਾ ਹੋਰ ਆਪਦੇ ਭਾਸ਼ਣ 'ਚ ਇੱਕ ਗੱਲ ਵਾਰ ਵਾਰ ਕਹਿੰਦੇ ਪਏ ਹੋ ਕਿ ਸਾਡੀ ਸਰਕਾਰ ਆਊਗੀ ਤਾਂ ਹੀ ਕਰਤਾਰਪੁਰ ਲਾਂਘਾ ਖੁੱਲੂਗਾ, ਇਹ ਤੁਸੀਂ ਬਿਲਕੁਲ ਡਰਾ ਰਹੇ ਹੋ ਜਾਂ ਇਹ ਵਿਸ਼ਵਾਸ ਦਵਾ ਰਹੇ ਹੋ ਕਿ ਅਸੀਂ ਹੋ ਸਕਦੇ ਹਾਂ? ਨਾ ਤੁਸੀਂ ਕਹਿੰਦੇ ਹੋ ਕਿ ਬੀਜੇਪੀ ਅੜਿੱਕ ਆ। ਬਿਲਕੁਲ ਬੀਜੇਪੀ ਅੜਿੱਕ ਆ, ਮੈਂ ਆ ਕਹਿ ਰਹੇ ਜੀ, ਲੋਕ ਪੁੱਛਦੇ ਸਾਹਿਬ, ਪਾਕਿਸਤਾਨ ਦੇ ਇੰਜੀਨੀਅਰ ਜਿਹੜੇ ਚੀਫ ਇੰਜੀਨੀਅਰਿੰਗ ਚੀਫ, ਉਹ ਕਹਿੰਦਾ ਵੀ 30 ਅਗਸਤ ਨੂੰ ਅਸੀਂ ਕੰਮ ਖਤਮ ਕਰ ਦਿਆਂਗੇ, ਪੁਲ ਉਹਨਾਂ ਨੇ ਬਣਾਉਣਾ, ਸਾਡੇ ਤਾਂ ਸਿਰਫ ਸੜਕ ਬਣਾਉਣੀ ਹੈ ਇੱਕ ਟੋਟਾ ਜਿਹਾ, ਉਹਦੇ ਵਿੱਚ ਸਾਰੇ ਸੁੱਤੇ ਪਏ ਹੈ। ਲੋਕ ਕਹਿੰਦੇ ਵੀ ਉੱਧਰ ਕੰਮ ਹੋਈ ਜਾਂਦਾ ਆਪਣੇ ਵਾਲੇ ਕਰਦੇ ਕਿਉਂ ਨਹੀਂ, ਸ਼ੱਕ ਹੈ ਲੋਕਾਂ ਨੂੰ, ਨੀਅਤ 'ਚ ਖੋਟ ਹੈ, ਕਿਉਂ ਨਹੀਂ ਹੁੰਦਾ? ਮੋਦੀ ਸਾਹਿਬ ਜਵਾਬ ਦੇਣ, ਮੇਰੇ ਕੋਲ ਤਾਂ ਨਹੀਂ, ਨੈਸ਼ਨਲ ਹਾਈਵੇ ਅਥਾਰਟੀ ਜਿਹੜੀ ਹੈ ਉਹਨਾਂ ਦੇ ਹੇਠਾਂ ਕੰਮ ਕਰ ਰਹੀ ਹੈ, ਜਿਹੜਾ ਇੱਥੇ ਪੈਸੇਂਜਰਸ ਵਾਸਤੇ ਉਹ ਟ੍ਰਾਂਜ਼ਿਟ ਬਣਨਾ, ਕੈਂਪ ਬਣਨਾ, ਦੈਟਸ ਆਲਸੋ ਵਿਦ ਇਮੀਗ੍ਰੇਸ਼ਨ ਹੋਮ ਮਿਨਿਸਟਰੀ ਕੋਲ ਹੈ। ਸੁਨੀਲ ਜਾਖੜ ਦਾ ਜਵਾਬ ਨਹੀਂ ਦੇ ਸਕਦਾ, ਕੈਪਟਨ ਅਮਰਿੰਦਰ ਸਿੰਘ ਜਵਾਬ ਨਹੀਂ ਦੇ ਸਕਦੇ, ਮੋਦੀ ਸਾਹਿਬ ਜਵਾਬ ਨਹੀਂ ਦਿੰਦੇ, ਉਹ ਦੱਸਣ ਕਿਉਂ ਨਹੀਂ ਬਣ ਰਿਹਾ? ਉਹ ਸ਼ੱਕ ਦੂਰ ਕਰ ਦੇਣ, ਜਿਸ ਤਰ੍ਹਾਂ ਸ਼ੱਕ ਦੀ ਸੂਈ ਪੁਲਵਾਮਾ ਦੀ ਹੈ ਵੀ ਕਿਉਂ ਹੋਇਆ, ਇੱਕ ਟੁੱਟਿਆ ਜਿਹਾ ਆਤੰਕਵਾਦੀ ਟੁੱਟੀ ਜਿਹੀ ਕਾਰ 'ਚ 300 ਕਿਲੋ ਬਰੂਦ ਲੈ ਕੇ ਵੜ ਗਿਆ, ਮੋਦੀ ਸਾਹਿਬ ਨੂੰ 300 ਕਿਲੋ ਬਰੂਦ ਡਰੋਪ ਕਰਨ ਵਾਸਤੇ ਮਿਰਾਜ ਹਵਾਈ ਜਹਾਜ਼ ਦੀ ਲੋੜ ਪਈ, ਕਿਉਂ? ਇਹਨਾਂ ਗੱਲਾਂ 'ਤੇ ਸ਼ੱਕ ਹੈ, ਦੱਸਣ, ਮੋਦੀ ਸਾਹਿਬ ਜਵਾਬ ਦੇਣ, ਜਵਾਬ ਦੇਣ ਦੀ ਤਾਂ ਉਹਨਾਂ ਨੇ ਇੱਕ ਫਿਲਮ ਸਿਤਾਰਾ ਭੇਜਤਾ
ਲੋ ਜੀ ਫੋਟੋ ਸੈਲਫੀ ਖਿਚਾ ਲੋ, ਕੋੜੇ ਸਵਾਲ ਨਾ ਪੁੱਛੋ। ਸਰ ਕੈਪਟਨ ਸਾਹਿਬ ਵੀ ਕਈ ਵਾਰੀ ਜ਼ਿਕਰ ਕਰਦੇ ਆ ਕਿ ਲਾਂਘਾ ਹੋ ਸਕਦਾ ਕਿ ਪਾਕਿਸਤਾਨ ਦਾ ਕੋਈ ਪ੍ਰੋਪੇਗੰਡਾ ਵੀ ਹੋਵੇ। ਸਾਰਾ ਕੁਝ ਹੀ ਹੋ ਸਕਦਾ ਸਾਹਿਬ, ISI ਸਾਡੀ ਕੋਈ ਦੋਸਤ ਹੈ ਨਹੀਂ, ISI ਦੀ ਮਾੜੀ ਅੱਖ ਰਹੂਗੀ, ਪਰ ਇਹਦਾ ਮਤਲਬ ਆ ਤਾਂ ਨਹੀਂ ਵੀ ਲਾਂਘਾ ਨਾ ਖੁੱਲਣ ਦੀ। ਆਪਾਂ ਜਾਗਰੂਕ ਰਹੀਏ, ਆਪਾਂ ਸੁਚੇਤ ਰਹੀਏ, ਲਾਂਘਾ ਤਾਂ ਖੁੱਲੂਗਾ। ਕੈਪਟਨ ਸਾਹਿਬ ਨੇ ਆਹ ਵੀ ਕਿਹਾ ਵੀ ਮੈਂ ਖੁਸ਼ ਹੋਊਂਗਾ ਸਭ ਤੋਂ ਪਹਿਲਾਂ ਜਾ ਕੇ ਮੈਂ ਉੱਥੇ ਦਰਸ਼ਨ ਦੀਦਾਰ ਕਰਾਂ, ਮੱਥਾ ਟੇਕਾਂ। ਸੋ ਦੈਟ ਡਜ਼ਨਟ ਮੀਨ ਸਾਡਾ ਵੀ ਸ਼ੁੱਡ ਕੀਪ ਆਰ ਗਾਰਡ ਅਪ, ਆਹ ਤਾਂ ਕੋਈ ਮਤਲਬ ਨਹੀਂ ਹੋਇਆ ਵੀ ਇਹਦੇ ਨਾਲ ਅਸੀਂ ਰੋਜ਼ ਲੜਾਈ ਪਾ ਕੇ ਬਹਿ ਜਾਈਏ। ਆਪਾਂ ਆਪਣੇ ਹੁਸ਼ਿਆਰ ਰਹੀਏ ਤਾਂ ਅਸੀਂ ਤਕੜੇ ਹਾਂ, ਕਿਸੇ ਦੀ ਹਿੰਮਤ ਨਹੀਂ ਪੈਂਦੀ ਸਾਡੇ ਕੋਲ ਝਾਕਣ ਦੀ। ISI ਤੋਂ ਇੰਨਾ ਡਰਦੇ ਹੈ ਮੋਦੀ ਸਾਹਿਬ, ਇਹਨੂੰ ਪਠਾਨਕੋਟ ਏਅਰਬੇਸ 'ਤੇ ਆਪਾਂ ਪਠਾਨਕੋਟ ਆ ਵੜੇ, ਆਹ ਤਾਂ ਜਵਾਬ ਦੇ ਜਾਂਦੇ। ਮੈਂ ਉਦੋਂ ਟਵੀਟ ਕੀਤਾ ਸੀ ਅਮਿਤ ਸ਼ਾਹ ਜੀ ਨੂੰ ਵੀ ਅਮਿਤ ਸ਼ਾਹ ਜੀ ਅੱਜ ਆਏ ਹੋ ਪਠਾਨਕੋਟ, ਦੱਸ ਕੇ ਤਾਂ ਜਾਓ ਜਿਹੜੇ ਸਾਡੇ ਦੁਸ਼ਮਣ ਨੰਬਰ 1 ਹੈ, ਐਨਮੀ ਨੰਬਰ 1 ISI, ਉਹਨੂੰ ਪਠਾਨਕੋਟ ਕਿਉਂ ਬੁਲਾਇਆ? ਸਾਡੇ ਜਿਹੜੇ ਪ੍ਰਤੀਦਵੰਦੀ ਹੈ, ਕੰਟੈਸਟੈਂਟ ਹੈ BJP ਵਾਲੇ, ਉਹਨਾਂ ਨੂੰ ਪੁੱਛ ਕੇ ਪੁੱਛੋ ਤਾਂ ਸਹੀ ਵੀ ਕਿਉਂ ਬੁਲਾਇਆ ਸੀ, ਜਵਾਬ ਦੇ ਦੇਣ। ਮੋਦੀ ਸਾਹਿਬ ਨੇ ਜਦੋਂ ਥਾਪੀ ਦੇਣ ਵਾਸਤੇ ਬੁਲਾਇਆ, ਕੋਈ ਜਵਾਬ ਪੜਾਇਆ ਸੀ ਕਿ ਨਹੀਂ? ਇਹ ਕੌੜੇ ਸਵਾਲ ਹੈ ਸਭ। ਮੈਂ ਤੁਹਾਡੇ ਰਾਹੀਂ ਪੁੱਛ ਰਿਹਾ ਵੀ ਹੋ ਸਕਦਾ ਹੈ ਤੁਹਾਡਾ ਦੇਖਣ, ਕਿਉਂਕਿ ਉਹਨਾਂ ਦਾ ਜਲਵਾ ਜਿਹੜਾ ਹੈ, ਦੇਖੋ JustTV ਸਾਰੇ ਤੁਹਾਡੇ, ਅਮਰੀਕਾ ਕੈਨੇਡਾ ਸਾਰੇ ਤੁਹਾਡਾ ਪੂਰਾ ਜਲਵਾ ਹੈ। ਲੋਕ ਉੱਥੇ ਇਹਨਾਂ ਦੇ ਜਿੰਨੇ ਵੀ NRI ਫੈਨਸ ਹੈ, ਪੁੱਛਣ ਇਹਨਾਂ ਨੂੰ ਵੀ ਕਿਉਂ। ਉਹ ਕਹਿੰਦੇ ਵੀ ਮੈਂ ਮੋਦੀ ਸਾਹਿਬ ਕੇ ਸਾਥ ਜੁੜਨਾ ਚਾਹਤਾ ਹੂੰ। ਕਿਹੜੀ ਗੱਲ ਦੇਖੀ ਮੋਦੀ ਸਾਹਿਬ 'ਚ, ਕਿਹੜਾ ਮੱਲ ਮਾਰਿਆ ਮੋਦੀ ਸਾਹਿਬ ਨੇ? 40 ਬੰਦੇ ਮਰਵਾ ਕੇ, ਡੈੱਡ ਬੋਡੀਜ਼ ਦੇ ਨਾਲ ਫੋਟੋ ਖਿਚਵਾ ਕੇ, ਦਿਨ 'ਚ 6 ਵਾਰੀ ਜੈਕਟਾਂ ਬਦਲ ਕੇ, ਨੋਟਬੰਦੀ ਲਗਾ ਕੇ, GST ਨਾਲ ਵਪਾਰੀ ਮਾਰਤੇ, 45 ਘੰਟੇ ਭਾਸ਼ਣ ਦਿੰਦੇ ਮੋਦੀ ਸਾਹਿਬ ਮਨ ਕੀ ਬਾਤ ਦੇ ਵਿੱਚ। ਇੱਕ ਕਿਸਾਨ ਆਤਮ ਹੱਤਿਆ ਕਰਦਾ ਉਹਨਾਂ ਨੇ ਐਵਰੇਜ ਇਨ 45 ਮਿੰਟਸ ਹਿੰਦੁਸਤਾਨ ਦੇ ਅੰਦਰ। ਸਵਾਲ ਹੈ, ਅਸੀਂ ਆਪਣੀ ਗੱਲ ਕਰਾਂ, ਲੋਕ ਮੌਕਾ ਦੇਣਗੇ, ਆਵਾਜ਼ ਬਣਾ ਕੇ ਭੇਜਣਗੇ, ਅਸੀਂ ਸਵਾਲ ਚੱਕਾਂਗੇ, ਮੁੱਦੇ ਚੱਕਾਂਗੇ ਸਮੱਸਿਆਵਾਂ ਦਾ ਹੱਲ ਕਰਨ ਵਾਸਤੇ। ਮੇਰੇ ਕੋਲ ਕੋਈ ਤਾਕਤ ਨਹੀਂ ਸਾਹਿਬ, ਮੈਂ ਨਾ ਤਾਂ ਫੈਕਟਰੀ ਲਵਾ ਸਕਦਾ ਨਾ ਮੈਂ, ਪਰ ਲੋਕਾਂ ਦੀ ਤਾਕਤ ਦੇ ਨਾਲ ਅਗਰ ਲੋਕ ਆਪਣਾ ਵੋਟ ਦੇ ਕੇ, ਵਿਸ਼ਵਾਸ ਦੇ ਕੇ ਆਪਣੀ ਆਵਾਜ਼ ਬਣਾ ਕੇ ਭੇਜਦੇ, ਮਸਲੇ ਹੱਲ ਕਰਾਂਗੇ। ਜਿਹੜੀ ਤੁਸੀਂ ਕਲਾਨੌਰ ਦੀ NOC ਦੀ ਗੱਲ ਕਰੀ ਜਾਂਦੇ ਹੋ, ਅਸੀਂ NOC ਤਾਂ ਪਤਾ ਨਹੀਂ ਕਿਹੜੇ ਕਿਹੜੇ ਖੁੱਡ 'ਚੋਂ ਕੱਢ ਕੇ ਲਿਆਵਾਂਗੇ। ਸਾਨੂੰ ਕੰਮ ਕਰਨਾ ਆਉਂਦਾ, ਸਾਨੂੰ ਆਹੀ ਕੰਮ ਕਰਨਾ ਆਉਂਦਾ, ਹੋਰ ਸਾਨੂੰ ਨਾ ਡਾਇਲੋਗ ਬੋਲਣੇ ਆਉਂਦੇ, ਨਾ ਸਾਨੂੰ ਫਿਲਮ ਬਣਾਉਣੀ ਆਉਂਦੀ, ਨਾ ਮੇਰੇ ਤੋਂ ਨਲਕੇ ਪੱਟੇ ਜਾਂਦੇ। ਲੋਕਾਂ ਦੇ ਕੰਮ ਕਰਨੇ ਸਿੱਖਿਆ ਉਹ ਹੀ ਕਰਾਂਗੇ। ਉਹ ਮੋਢੇ 'ਤੇ ਚੱਕੀ ਫਿਰਦੇ ਆ, ਮੈਂ ਮੋਢੇ 'ਤੇ ਨਹੀਂ ਚੱਕੀ ਫਿਰਦਾ, ਇੰਨਾ ਹੀ ਹੈ। ਉਹ ਮੋਢੇ ਚੱਕੇ ਖਤਮ ਹੋ ਗਏ ਨਲਕੇ ਤਾਂ ਸਰ, ਨਲਕੇ ਤਾਂ ਜਾਂਦੇ ਕਿੱਥੇ, ਜਾ ਕੇ ਦੇਖੋ ਕਹਾਂ ਤੁਸੀਂ ਗਏ ਨਹੀਂ ਧਾਰ ਬਲਾਕ 'ਚ, ਹਾਹਾਕਾਰ ਮੱਚੀ ਖੜੀ ਹੈ, ਪਾਣੀ ਹੈ ਨਹੀਂ। ਜਿਹੜੇ MLA ਸਾਹਿਬ ਨੇ ਸਰਕਾਰ 10 ਸਾਲ ਰਹੀ, ਜਵਾਬ ਤਾਂ ਦੇਣ ਸਾਨੂੰ। ਜਿਹੜੇ ਸਵਾਲ ਪੁੱਛੀ ਜਾਂਦੇ ਹੈ, BJP ਅਕਾਲੀ ਸਰਕਾਰ 10 ਸਾਲ ਸੀਗੀ, ਸੁਆਰਿਆ ਕੀ ਹੈ ਉੱਥੇ? ਜਾਖੜ ਸਾਹਿਬ, ਮੈਂ ਤੁਸੀਂ ਵੀ ਸਾਰਾ ਇਲਾਕਾ ਘੁੰਮਦੇ ਹੋ, ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਹੋ ਨਾਲ, ਸਵਾਲ ਹੈਗਾ, ਮੈਂ ਸਾਰੇ ਇਲਾਕਿਆਂ ਜਾ ਕੇ ਆਇਆ, ਗੁਰਦਾਸਪੁਰ ਆ ਕੇ ਮੈਨੂੰ ਇਉਂ ਲੱਗਿਆ ਕਿ ਇੱਥੇ ਇਸ਼ੂਸ ਵੀ ਵੱਖਰੇ ਹੈਗੇ ਆ ਤੇ ਪੋਲਿਟਿਕਸ ਵੀ ਵੱਖਰੀ ਹੈ। ਐਗਜੈਕਟਲੀ ਸਾਹਿਬ, ਐਗਜੈਕਟਲੀ, ਇਸ਼ੂਸ ਹਰੇਕ ਜਗ੍ਹਾ ਦੇ ਇਸ਼ੂਸ ਆਪਣੇ ਹੈ ਸਾਹਿਬ। ਅਨਇੰਪਲੋਇਮੈਂਟ ਹੈ, ਬੇਰੁਜ਼ਗਾਰੀ ਸਾਰੇ ਹਿੰਦੁਸਤਾਨ 'ਚ ਹੈ, ਪਰ ਇੱਥੇ ਇੱਕ ਭੂਤ ਵਾਂਗੂ ਖੜੀ ਹੈ, ਹਰੇਕ ਬੱਚੇ ਦੇ ਜਵਾਨ 'ਤੇ ਹੈ ਵੀ ਮੇਰੀ ਨੌਕਰੀ ਦਾ ਕਰੋ ਸਾਹਿਬ। ਇਸੇ ਕਰਕੇ ਆ ਫੈਕਟਰੀ ਲਵਾਈ ਹੈ, ਮੈਨੂੰ ਕਿਹੜੇ ਯਤਨਾਂ ਨਾਲ, ਕਿੰਨੀ ਕੈਪਟਨ ਸਾਹਿਬ ਦੀ ਸਹਿਯੋਗ ਰਿਹਾ ਵੀ ਆ 10 ਮਹੀਨਿਆਂ 'ਚ ਲੱਗ ਕੇ ਖੜ ਗਈ। ਸੁਖਬੀਰ ਬਾਦਲ ਹੋਰਾਂ ਨੇ 10 ਸਾਲ ਦੇ ਅੰਦਰ 10 ਇਨਵੈਸਟਮੈਂਟ ਸਮਿਟਸ ਕਰਾਈਆਂ, ਹਰੇਕ ਸਮਿਟ 'ਤੇ 5-10 ਕਰੋੜ ਰੁਪਈਏ ਸਾਰੇ ਸਾਹੂਕਾਰ, ਗੋਡਰੇਜ, ਅੰਬਾਨੀ, ਅਡਾਨੀ, ਕਿਹੜਾ ਛੱਡਿਆ, ਕੋਈ ਛੱਡਿਆ ਨਹੀਂ, ਸਾਰੇ ਬੁਲਾ ਕੇ ਰੋਟੀ ਰਾਟੀ ਖਵਾ ਕੇ ਇਵੈਂਚੁਅਲੀ ਇੱਕ ਦਿਨ ਤਾਂ ਵੱਡੇ ਬਾਦਲ ਸਾਹਿਬ ਨੇ ਕਿਹਾ ਸੀ ਕਿਹੜੇ MOUs ਹੈ, ਕੋਈ ਮੈਨੂੰ ਕੋਈ ਕਮਿਟਮੈਂਟ ਲੈਟਰ ਦਿਖਾਓ ਕੋਈ ਤਾਂ ਗੱਲ ਹੋਵੇ। ਅਸੀਂ ਉਹਨਾਂ ਤੋਂ 700 ਕਰੋੜ ਰੁਪਈਆ 10 ਸਾਲਾਂ 'ਚ ITC ਦਾ ਪ੍ਰੋਜੈਕਟ ਲੱਗਿਆ ਕਪੂਰਥਲੇ, ਫੂਡ ਪਾਰਕ ਉਹਨਾਂ ਨੇ ਲਾਇਆ, ਅਸੀਂ 1200 ਕਰੋੜ ਰੁਪਈਆ ਪਹਿਲੇ 14 ਮਹੀਨੇ 'ਚ ਲਾਤਾ ਸਾਹਿਬ। ਆਹ ਛੋਟੀ ਗੱਲ ਹੈ ਸਾਹਿਬ, ਆਹ ਸਮੱਸਿਆ ਨੂੰ ਹੱਲ ਕਰਨ ਵਾਸਤੇ, ਬਿਕੋਜ਼ ਇੱਥੇ ਦੀ ਪ੍ਰੋਬਲਮ ਹੈ, ਸਮਝ ਜਾਂਦੇ ਬਾਰਡਰ 'ਤੇ ਬੈਠੇ ਹੋਰ ਸਾਡੇ ਕੋਈ ਫੈਕਟਰੀ ਲੱਗਦੀ ਨਹੀਂ, ਕਿਉਂਕਿ ਰੋਜ਼ ਪਾਕਿਸਤਾਨ ਨਾਲ ਪੰਗਾ ਕੋਈ ਨਾ ਕੋਈ ਪਾਈ ਰੱਖਦੇ ਆ। ਅਗਰ ਸਿਆਣਾ ਸੁਲਝਾ ਆਦਮੀ ਡਾਕਟਰ ਮਨਮੋਹਨ ਸਿੰਘ ਵਰਗੇ ਹੁੰਦੇ ਤਾਂ ਕੋਈ ਬਚੋਰ ਤਰੀਕੇ ਨਾਲ ਗੱਲ ਹੋਵੇ, ਮੈਂ ਐਟਮ ਬੰਬ ਚਲਾ ਦੂੰਗਾ, ਮੈਂ ਖੁੱਡਿਆਂ 'ਚੋਂ ਕੱਢ ਕੇ ਲਿਆਊਂਗਾ, ਇਸ ਤਰ੍ਹਾਂ ਗੱਲਾਂ ਨਹੀਂ ਹੁੰਦੀਆਂ। ਬਟ ਵੀ ਹੋਪ ਜਿਹੜੇ ਹੈ ਅਬ ਅੱਛੇ ਦਿਨ ਆਏਗੇ। ਇਹ ਬੁਰੇ ਦਿਨ ਜਿਹੜੇ ਆ ਨਾ ਮੋਦੀ ਸਾਹਿਬ ਵਾਲੇ, ਮੈਨੂੰ ਲੱਗਦਾ ਵੀ ਭੋਗ ਪੈ ਗਿਆ ਨਾ ਇਸ ਬੁਰੇ ਦਿਨਾਂ ਦਾ। ਜਿਹੜੇ ਏਰੀਆ ਤੋਂ ਤੁਸੀਂ ਬਿਲੋਂਗ ਕਰਦੇ ਜਾਖੜ ਸਾਹਿਬ, ਉੱਥੇ ਵੀ ਰਾਈਸ ਮਿਲਰਸ ਜਿਹੜੇ ਉਹ ਤੰਗ ਪਰੇਸ਼ਾਨ ਹੋ ਗਏ, ਇੱਥੇ ਵੀ ਕਾਦੇ ਕੀ ਕੀ ਇੱਥੇ ਵੀ ਰਾਈਸ ਮਿਲਰਸ ਜਿਹੜੀ ਇੰਡਸਟਰੀ ਹੈ ਜਿਹੜੀ ਉਹ ਚੱਲੀ ਗਈ। ਪਰੇਸ਼ਾਨੀਆਂ ਨੂੰ ਕੋਈ ਵਜ੍ਹਾ ਲੱਗਦੀ ਪਈ ਹੈ? ਦੇਖੋ, ਪਰੇਸ਼ਾਨੀਆਂ ਦੂਰ ਕਰਨ ਵਾਸਤੇ ਸਰਕਾਰਾਂ ਬਣਦੀਆਂ, ਪਰ ਸਰਕਾਰਾਂ ਜੇ ਫਿਲਮਾਂ ਬਣਾਉਣ ਲੱਗ ਜਾਣਗੀਆਂ ਤਾਂ ਕੰਮ ਨਹੀਂ ਬਣਨਾ ਸਾਹਿਬ। ਸਰਕਾਰਾਂ ਨੂੰ ਸਰਕਾਰ ਦੇ ਕੰਮ ਕਰਨ ਵਾਸਤੇ, ਇਸੇ ਕਰਕੇ ਕਹਿੰਦਾ ਕੰਮ ਨੂੰ ਵੋਟਾਂ ਪਾਓ,
मसले सरकारां हल करनगियां, चाहे राइस मिलर दे है, चाहे किसानां दे है, चाहे गन्ना मिल वालियां दे है। हुण गन्ना मिल वालियां नूं असीं पंजाब सरकार ने 25 रुपया बोनस भी देता, किसान प्राइवेट जिहड़ी असीं बटाला मिल गुरदासपुर मिल एनहांसमेंट इसे करके कराई। प्राइवेट मिलां ते पवे साहब, सानूं किसान नाल प्राइवेट मिलां ने देखो साहब पैसा कमाण वास्ते लाईआं, किसी ने इस तरह मुफ्त नहीं लाई। उन्होंने परेशानियां हो रही है इसे करके मैं कही जाना साहब, असि आपका कोऑपरेटिव सैक्टर चलवा रहे हैं जिहड़ी मिलां, ताकि सरकार करूगी और नफा नुकसान सरकार नू होगा, सरकार नुकसान झेलूगी। असं नहीं चाहते भी साडा किसान नुकसान च जाए। किसान असी किसान सरकार दो साल बाद चीनी बेच लूगी, साढ़े को लिमिट है, सब घर नहीं देंगे। जिहड़ी कीड़ी मिल की गल की है मैं इसे करके की, कीड़ी वांगू साडे किसानां नू मारी जांदी है। चलो आखिरी सवालों वाल मैं बात रहा जाकर साहब, जिहड़े किसानां दे लई तुसीं बतौर सूबा सरकार वादा कीता सीगा, ਪੰਜਾਹ ਸਾਲ ਰਾਜਨੀਤੀ ਕਰਕੇ ਕਿਸਾਨੀ ਦੇ ਨਾਮ ਤੇ ਕਿਉਂ ਨੀ ਕੀਤਾ? ਕਹਿੰਦੇ ਸੀ ਕਰਜ਼ਾ ਮਾਫ਼ ਹੋ ਹੀ ਨੀ ਸਕਦਾ, ਫਿਰ ਜਦੋਂ ਹੁਣ ਹੋ ਰਿਹਾ ਕਿਉਂ ਹੋ ਰਿਹਾ? ਅਸੀਂ ਕੀਤਾ ਮੋਦੀ ਸਾਹਿਬ ਨੇ 500 ਰੁਪਇਆ ਕਹਿੰਦਾ ਮੈਂ ਸਨਮਾਨ ਨਿਧੀ ਦੇ ਰਿਹਾ ਹਾਂ ਕਿਸਾਨ ਕੋ, ਤੇ ਸਾਰਿਆਂ ਤੋਂ ਜ਼ਿਆਦਾ ਤਾਲੀਆਂ ਸੁਖਬੀਰ ਬਾਦਲ ਨੇ ਵਜਾਈਆਂ, ਬਹੁਤ ਅੱਛੇ, ਕਮਾਲ ਕਰਤੀ ਜੀ ਮੋਦੀ ਸਾਹਿਬ ਨੇ। ਸੁਖਬੀਰ ਬਾਦਲ ਜੀ ਬੜੇ ਤਕੜੇ ਬਿਜ਼ਨਸਮੈਨ ਹੈ, ਦਿਮਾਗ ਉਹਨਾਂ ਦਾ ਕੈਲਕੂਲੇਟਰ ਵਾਂਗ ਚੱਲਦਾ ਹੈ। ਉਹਨਾਂ ਨੂੰ ਪੁੱਛੋ 2 ਲੱਖ ਰੁਪਈਏ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਰਹੇ ਹੈ, ਉਹਨੂੰ ਜੇ 500 ਰੁਪਈਏ ਮਹੀਨੇ ਦੀ ਕਿਸ਼ਤ ਹੋਏ ਕਿੰਨੇ ਸਾਲਾਂ 'ਚ ਪੂਰੇ ਹੋਣਗੇ? 33 ਸਾਲ 4 ਮਹੀਨਿਆਂ 'ਚ ਜਾ ਕੇ 2 ਲੱਖ ਰੁਪਈਏ ਪੂਰੇ ਹੁੰਦੇ ਹੈ, ਜਿਹੜੇ ਕੈਪਟਨ ਸਾਹਿਬ ਘਰੇ ਜਾ ਕੇ ਦੇ ਕੇ ਆ ਰਹੇ ਹੈ। ਜੇ ਮੋਦੀ ਸਾਹਿਬ ਵਾਸਤੇ ਤਾਲੀ ਵਜਾਉਂਦੇ ਹੈ ਸੁਖਬੀਰ ਬਾਦਲ, ਤਾਂ ਕੈਪਟਨ ਸਾਹਿਬ ਦੇ ਤਾਂ ਜਾ ਕੇ ਕਹਿਣ ਵੀ ਤੁਸੀਂ ਤਾਂ ਸਾਕਸ਼ਾਤ ਇੱਥੇ ਸਰ ਛੋਟੂ ਰਾਮ ਤੋਂ ਵੀ ਅੱਗੇ ਨਗਾਤੀ ਗੱਲ, ਗੱਲਾਂ ਨਾਲ ਨਹੀਂ ਸਾਹਿਬ, ਫੈਕਟਸ ਨਾਲ ਗੱਲ ਕਰਨ। ਤੁਸੀਂ ਵੀ ਬੜੇ ਸੁਲਝੇ ਹੋਏ, ਤੁਹਾਡਾ ਜਿਹੜਾ ਚੈਨਲ ਹੈ ਬੜਾ ਐਨਾਲਿਟਿਕ ਤਰੀਕੇ ਨਾਲ ਗੱਲ ਕਰਦਾ, ਗੱਲ ਨੂੰ ਗੱਲ ਕਹੋ ਸਾਹਿਬ। ਜਿੱਥੇ ਬਾਦਲ ਸਾਹਿਬ ਬਾਰੇ ਮੋਦੀ ਸਾਹਿਬ ਕਹਿ ਰਿਹਾ ਕਿ ਕਿਸਾਨਾਂ ਦੇ ਬਹੁਤ ਵੱਡੇ ਨੇਤਾ, ਤੁਸੀਂ ਕਹਿ ਰਹੇ ਹੋ ਵੀ ਮੈਂ ਕਹਿੰਦਾ ਸਾਹਿਬ ਵੀ 500 ਰੁਪਈਏ ਵਾਸਤੇ ਯਾਦ ਖੜੇ ਹੋ ਕੇ ਉਹ ਦਿਨ ਸੁਖਬੀਰ ਬਾਦਲ ਕਹਿ ਦਿੰਦੇ ਵੀ ਆਹ ਛੱਡੀ ਮੰਤਰੀ ਮੰਡਲ, ਵੀ ਕਾਂਗਰਸ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ 2 ਲੱਖ ਰੁਪਈਏ ਦੇ ਰਿਹਾ, ਮੋਦੀ ਸਾਹਿਬ ਮਜ਼ਾਕ ਕਰੀ ਜਾਂਦੇ ਹੋ, ਜ਼ਖਮਾਂ 'ਤੇ ਨੂਣ ਛਿੜਕੀ ਜਾਂਦੇ ਹੋ, 500 ਰੁਪਈਏ ਦੇ ਕੇ ਅਤੇ ਤਾਲੀ ਵਜਾਈ ਜਾਂਦੇ ਸਾਹਿਬ। ਹਰ ਉਹ ਰਾਜੇ ਮਹਾਰਾਜੇ ਦੇ ਦਰਬਾਰ 'ਚ ਤਾਲੀ ਵਜਾਉਣ ਵਾਲੇ ਹੁੰਦੇ ਸੀ ਕੋਰਟ ਜਸਟਰ। ਇੱਕ ਪਾਰਟੀ ਦਾ ਲੀਡਰ ਹੈ, ਕੋਈ ਆਪਣੇ ਅਕਾਲੀ ਦਲ ਸੰਘਰਸ਼ 'ਚੋਂ ਨਿਕਲਿਆ ਸੀ ਅਕਾਲੀ ਦਲ, ਹੁਣ ਤਾਂ ਚਲੋ ਘਰ ਦੀ ਬਣ ਗਈ ਮੁਰਗੀ, ਉਹਨਾਂ ਨੇ ਆਪਦਾ ਹੀ ਸਮੇਟ ਲਿਆ, ਇਸ ਨੋ ਮੋਰ ਹੈ ਸ਼੍ਰੋਮਣੀ ਅਕਾਲੀ ਦਲ, ਇਹ ਸੁਖਬੀਰ ਅਕਾਲੀ ਦਲ, ਇਸ ਕਰਕੇ ਹਾਲਾਤ ਹੋ ਗਏ। ਪਰ ਐਡਾ ਮਾੜਾ ਵੀ ਕਹਿੰਦਾ ਜਦੋਂ ਕਹਿੰਦਾ ਇਤਨਾ ਵੀ ਮਤ ਝੁਕੋ ਕਿ ਦਸਤਾਰ ਗਿਰ ਪੜੇ। ਸੁਖਬੀਰ ਜੀ ਫਿਰ ਵੀ ਪੰਜਾਬ ਦੇ ਪੂਤ ਹੋ, ਸਰਦਾਰ ਹੋ, ਕੁਛ ਤਾਣਕ ਰੱਖੋ, ਕਿਸੇ ਗੱਲ 'ਤੇ ਤਾਂ ਖੜੇ ਰਹੋ। ਜਮਾਂ ਹੀ ਲਿਟ ਗਏ ਗੁਰੂ ਘਰ ਦੇ ਉੱਤੇ, ਲੰਗਰ 'ਤੇ GST ਲਗਾ ਲਿਆ, ਬੋਲੇ ਨਹੀਂ ਜਿਹੜੇ ਪੰਥ ਦੇ ਖੈਰ ਖਵਾ ਸੀਗੇ, ਕੌਣ ਬੋਲਿਆ ਪਾਰਲੀਮੈਂਟ 'ਚ ਜਿਹਨੂੰ ਕਹਿੰਦੇ ਸੀ ਸੁਨੀਲ ਜਾਖੜ ਤੂੰ ਸਾਡੇ ਧਰਮ ਦੇ ਮਸਲਿਆਂ 'ਚ ਨਾ ਬੋਲਿਆ ਕਰ? ਸੋ ਗੱਲਾਂ ਬਹੁਤ ਹੈ ਸਭ, ਪਰ ਸਮਾਂ ਇੰਨਾ ਕੀ ਹੈ, ਹੁਣ ਤਾਂ ਕਿਹਾ ਅਸੀਂ ਬੰਬਈ ਵਾਲਿਆਂ ਨੂੰ ਨਿਪਟ ਲਈ, ਫਿਰ ਕਰਾਂਗੇ ਗੱਲ। ਚਲੋ ਜਾਖੜ ਸਾਹਿਬ ਤੁਹਾਡਾ ਬਹੁਤ ਧੰਨਵਾਦ, ਤੁਸੀਂ ਥੈਂਕ ਯੂ KP ਜੀ। ਸੁਨੀਲ ਜਾਖੜ ਸਾਹਿਬ ਜਿਹੜੇ, ਇਹਨਾਂ ਨੇ ਕਿਹਾ ਕਿ ਜਿਹੜੇ ਮੈਂ ਵਾਅਦੇ ਕਰ ਰਿਹਾ ਉਹ ਮੈਂ ਪੂਰੇ ਕਰੂੰਗਾ, ਜਿਹੜੇ ਮੈਂ ਦਾਅਵੇ ਕਰ ਰਿਹਾ ਉਹਨਾਂ ਵਿੱਚੋਂ ਮੈਂ ਕਈ ਅੱਗੇ ਵੀ ਲੈ ਕੇ ਗਿਆ ਹੈਗਾ। ਇਹ ਗੁਰਦਾਸਪੁਰ ਦੀ ਜਨਤਾ ਨੇ ਫੈਸਲਾ ਕਰਨਾ ਹੈਗਾ, ਉਹਨਾਂ ਨੇ ਸਟਾਰ ਚੁਣਨਾ ਹੈਗਾ ਕਿ ਕੰਮ ਕਰਨ ਵਾਲਾ ਨੇਤਾ ਚੁਣਨਾ ਹੈ। ਸੁਨੀਲ ਜਾਖੜ ਇਹ ਗੱਲ ਕਹਿ ਰਹੇ ਹੈਗੇ ਆ। ਸੁਨੀਲ ਜਾਖੜ ਮਾਲਵੇ ਦੀ ਧਰਤੀ ਤੋਂ ਆਉਂਦੇ ਆ, ਇੱਥੇ ਆ ਕੇ ਚੋਣਾਂ ਲੜਦੇ ਪਏ ਹੈਗੇ ਆ, ਪਰ ਇੱਥੋਂ ਦਾ ਵੀ ਉਹਨਾਂ ਨੂੰ ਹਰ ਇੱਕ ਖਿਆਲ ਹੈਗਾ ਕਿ ਕਿਹੜਾ ਕਿਹੜਾ ਮੁੱਦਾ ਇੱਥੇ ਹੈਗਾ। ਜਿਹੜੇ ਵੀ ਮੁੱਦੇ ਦਾ ਅਸੀਂ ਜ਼ਿਕਰ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਮੁੱਦਿਆਂ ਬਾਰੇ ਇਹਨਾਂ ਨੂੰ ਪਹਿਲਾਂ ਹੀ ਪਤਾ ਸੀਗਾ, ਪਰ ਸਵਾਲ ਇਹ ਹੈਗਾ ਕਿ ਪਤਾ ਹੋਣ ਦੇ ਬਾਅਦ ਇਹਨਾਂ ਮੁੱਦਿਆਂ ਦਾ ਹੱਲ ਉਹ ਬਤੌਰ MP ਕਿੰਨਾ ਇਹ ਕਰ ਸਕੇ ਹੈ, ਤੇ ਅੱਗੇ ਜੇ ਇਹ ਦੁਬਾਰਾ MP ਬਣਦੇ ਆ ਤੇ ਕਿੰਨਾ ਇਹ ਕਰ ਸਕਣਗੇ, ਸਵਾਲ ਉਦੋਂ ਵੀ ਪੁੱਛੇ ਜਾਣਗੇ। ਅੱਜ ਇਹ ਕਹਿ ਰਿਹਾ ਕਿ ਮੇਰੇ ਅੱਗੇ ਬਾਲੀਵੁੱਡ ਸਟਾਰ ਖੜਾ ਕਰ ਦਿੱਤਾ ਹੈਗਾ, ਉਹਦਾ ਮੇਰਾ ਕੋਈ ਮੁਕਾਬਲਾ ਨਹੀਂ ਹੈਗਾ। ਪਰ ਮੁਕਾਬਲਾ ਜਦੋਂ ਹੋਵੇਗਾ, EVM ਦੱਸੇਗੀ ਕਿ ਮੁਕਾਬਲਾ ਕੀ ਹੈਗਾ। ਜੇ ਸਨੀ ਦਿਓਲ ਇੱਥੋਂ ਮੈਂਬਰ ਪਾਰਲੀਮੈਂਟ ਜਿੱਤਦੇ ਹੈਗੇ ਆ, ਫਿਰ ਉਹਨਾਂ ਨੂੰ ਵੀ ਸਵਾਲ ਹੋਣਗੇ। ਜੇ ਜਾਖੜ ਸਾਹਿਬ ਇੱਥੋਂ ਜਿੱਤ ਗਏ ਤੇ ਕੰਮ ਨਾ ਕਰ ਸਕੇ, ਸਵਾਲ ਇਹਨਾਂ ਨੂੰ ਵੀ ਹੋਣਗੇ, ਕਿਉਂਕਿ ਰੇਲ ਪਟੜੀ ਦੀ ਗੱਲ ਹੋ ਰਹੀ ਹੈ, ਸਰਹੱਦੀ ਖੇਤਰਾਂ ਦੀ ਗੱਲ ਹੋ ਰਹੀ ਹੈ, ਕਿਸਾਨਾਂ ਦੀਆਂ ਸਮੱਸਿਆਵਾਂ ਦੀ ਗੱਲ ਹੋ ਰਹੀ ਹੈ, ਰਾਵੀ ਪਾਰ ਦੀ ਗੱਲ ਹੋ ਰਹੀ ਹੈ। ਸਮੱਸਿਆਵਾਂ ਬਹੁਤ ਨੇ, ਗੁਰਦਾਸਪੁਰ ਉਹ ਖੇਤਰ ਹੈ ਜਿੱਥੇ ਸਮੱਸਿਆਵਾਂ ਨੇ, ਤੇ ਇਹਨਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਇੱਥੋਂ ਜਿਹੜਾ MP ਜਿੱਤਾ ਉਹ ਕਰ ਕੀ ਸਕੇਗਾ, ਸਵਾਲ ਉਦੋਂ ਪੁੱਛੇ ਜਾਣਗੇ। ਗੁਰਦਾਸਪੁਰ ਮੈਂ ਫਿਰ ਆਊਂਗਾ ਜ਼ਰੂਰ, ਅੱਜ ਲਈ ਨਹੀਂ। ਧੰਨਵਾਦ।